500 ਫੁੱਟ ਤੱਕ ਸਾਡੇ ਬੋਰ ਨੇ, 235-40 ਫੁੱਟ ਵਾਟਰ ਲੈਵਲ ਹੈ ਜੀ। ਪੀਣ ਵਾਲਾ ਪਾਣੀ ਹੈ ਉੱਥੋਂ ਆ ਰਿਹਾ, ਕਰੰਡੀ ਤੋਂ ਆ ਰਿਹਾ, ਉਹ ਆ ਰਿਹਾ ਅਤੇ 4 ਇੰਚ ਪੈਪ ਆ ਰਹੀ ਹੈ ਅਤੇ ਜਿਹਦੇ 'ਚੋਂ ਘਰ ਬਹੁਤ ਨੇ, 5-7 ਘਰਾਂ ਨੂੰ ਪਾਣੀ ਮਿਲਿਆ, ਬਾਕੀ ਸਾਰਿਆਂ ਨੂੰ ਉਵੇਂ ਹੀ ਹੈ। ਇਹ ਸਾਰੇ ਪੈਰਾਂ ਦੇ ਪਾਣੀ ਪੂਣੀ ਤਾਂ ਚਲੋ ਇਹ ਹੈ ਵੀ ਧਰਤੀ ਦੇ ਨਾਲ ਪਾਈਪਾਂ ਦੇ ਨਾਲ ਆ ਜਾਂਦੇ, ਜਿਹੜੀ ਹਵਾ 'ਚੋਂ ਰੇਂਜ ਆਉਂਦੀ ਉਹ ਵੀ ਹੈ ਨਹੀਂ ਮੋਬਾਈਲਾਂ ਦੀ, ਉਹ ਵੀ ਹੈ ਨਹੀਂ, ਸਿੱਧੀ ਗੱਲ ਉਹ ਵੀ ਹੈ ਨਹੀਂ ਇੱਥੇ, ਇੱਥੇ ਰੇਂਜ ਵੀ ਨਹੀਂ ਆਉਂਦੀ ਜੀ, ਸਾਰੇ ਬੰਨ ਬਾਰਡਰ ਪੈਂਦਾ ਅਤੇ ਇੱਥੇ ਮਤਲਬ ਕੋਈ ਮਤਲਬ ਫੋਨ ਵੀ ਚੰਗੀ ਤਰ੍ਹਾਂ ਚੱਲਦੇ। ਅਤੇ ਆਪਾਂ ਜ਼ਮੀਨ ਦਾ ਨਕਸ਼ਾ ਜਾਂ ਹੋਰ ਦੇਖਦੇ ਹਾਂ, ਉਸ ਦੇ ਵਿੱਚ ਲੁਹਾਰ ਕਿਹੜੀ ਆਉਂਦਾ? ਨਾ ਜੀ ਨਾ, ਸੰਘਾ ਲੁਹਾਰਖੜਾ ਸਿਰਫ ਪੰਚਾਇਤ ਦੇ ਤੌਰ 'ਤੇ ਆ, ਇਸ ਤੋਂ ਬਾਅਦ ਲੁਹਾਰਖੜਾ ਕੁਛ ਨਹੀਂ ਹੈਗਾ, ਲੁਹਾਰ ਕਿਹੜੀ ਸਿਰਫ ਪੰਚਾਇਤ, ਸਿਰਫ ਪੰਚਾਇਤ ਦਾ, ਇਸ ਤੋਂ ਬਾਅਦ ਕੋਈ ਲੁਹਾਰਖੜਾ ਨਹੀਂ, ਅਲੱਗ ਪਿੰਡ ਨਹੀਂ ਹੈਗਾ, ਸੰਘਾ ਪਿੰਡ ਹੀ ਹੈ ਬਸ ਉਹ ਮਤਲਬ ਹੁਣ। ਪਰ ਸਰਕਾਰੀ ਨਕਸ਼ੇ 'ਤੇ ਹੈ ਨਹੀਂ, ਨਹੀਂ ਹੈ ਜੀ ਨਾ, ਸਿਰਫ ਮਾਨਸਾ ਜ਼ਿਲ੍ਹੇ 'ਚ ਪੰਚਾਇਤ ਦੇ ਤੌਰ 'ਤੇ ਹੀ ਸੰਘਾ ਹੈ, ਉਸ ਤੋਂ ਅੱਗੇ ਆਨਲਾਈਨ ਕਿਤੇ ਕੋਈ ਸੰਘਾ ਲੁਹਾਰਖੜਾ ਵੱਖਰਾ ਨਹੀਂ ਹੈ, ਕੋਈ ਵੱਖਰਾ ਨਹੀਂ ਹੈਗਾ। ਹਾਂ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਨ ਪ੍ਰੋ ਪੰਜਾਬੀ, ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ। ਪਿੰਡ ਦਾ ਗੇੜਾ ਮੁਹਿੰਮ ਦੇ ਤਹਿਤ ਅੱਜ ਪਿੰਡ ਪਹੁੰਚੇ ਅਸੀਂ ਲੁਹਾਰ ਖੇੜਾ, ਜੋ ਕਿ ਮਾਨਸਾ ਜ਼ਿਲ੍ਹੇ ਦੇ ਸੰਘੇ ਦੇ ਪਿੰਡ ਦੇ ਨਾਲ ਬਿਲਕੁਲ ਬਾਰਡਰ ਦੇ ਉੱਪਰ ਵਸਿਆ ਹੋਇਆ। ਇਸ ਪਿੰਡ ਦੀ ਜੇ ਖਾਸੀਅਤ ਦੀ ਗੱਲ ਕਰੀਏ ਤਾਂ ਇਹ ਪਿੰਡ ਹੈ ਪਰ ਪਿੰਡ ਹੈ ਵੀ ਨਹੀਂ। ਇਹ ਕਿਵੇਂ ਹੈ? ਕਿਉਂਕਿ ਇਹ ਜਿਹੜਾ ਪਿੰਡ ਹੈ ਇਹ ਢਾਣੀਆਂ ਤੋਂ ਵਸਿਆ ਹੋਇਆ ਪਿੰਡ ਹੈ, ਛੋਟੀਆਂ ਛੋਟੀਆਂ ਢਾਣੀਆਂ ਜਿਹੜੀਆਂ ਹੈਗੀਆਂ ਉਹਨਾਂ ਦੀਆਂ ਵੋਟਾਂ ਨੂੰ ਇਕੱਠੀਆਂ ਕਰਕੇ, ਉਹਨਾਂ ਦੀਆਂ ਜਨਸੰਖਿਆ ਨੂੰ ਇਕੱਠਾ ਕਰਕੇ ਇਹ ਪਿੰਡ ਹੈ ਜਿਹੜਾ ਬਣਾਇਆ ਗਿਆ। ਅਤੇ ਇਹ ਪਿੰਡ ਹੈ ਜਿਹੜਾ ਸੰਘੇ ਦੇ ਵਿੱਚੋਂ ਵੱਜਿਆ, ਜੋ ਸੰਘੇ ਤੋਂ ਢਾਣੀਆਂ ਛੋਟੀਆਂ ਛੋਟੀਆਂ ਬਣੀਆਂ ਸੀ ਤਾਂ ਉਸ ਤੋਂ ਇਹ ਪੰਚਾਇਤ ਹੈ ਜਿਹੜੀ ਅਲੱਗ ਹੋ ਗਈ ਸੀ। ਅਤੇ ਜੇ ਆਪਾਂ ਪਿੰਡ ਦੀ ਜਨਸੰਖਿਆ ਦੀ ਗੱਲ ਕਰੀਏ ਤਾਂ 600 ਦੇ ਕਰੀਬ ਪਿੰਡ ਦੀ ਜਨਸੰਖਿਆ, 370 ਦੇ ਕਰੀਬ ਇਸ ਪਿੰਡ ਦੀਆਂ ਵੋਟਾਂ, 900 ਏਕੜ ਹੈ ਜਿਹੜਾ ਵਾਹੀਯੋਗ ਰਕਬਾ ਇਸ ਪਿੰਡ ਦਾ ਹੈਗਾ। ਜੇ ਸਰਪੰਚ ਦੀ ਗੱਲ ਕਰੀਏ ਤਾਂ ਮਨਪ੍ਰੀਤ ਕੌਰ ਇੱਥੇ ਲੇਡੀਜ਼ ਸਰਪੰਚ ਹੈ ਜਿਹੜੇ ਮੌਜੂਦਾ ਹੈਗੇ। ਜੇ ਨੰਬਰਦਾਰਾਂ ਦੀ ਗੱਲ ਕਰੀਏ ਤਾਂ ਇਹ ਸੰਘੇ ਨਾਲ ਅਟੈਚ ਹੋਣ ਕਰਕੇ ਨੰਬਰਦਾਰੀ ਹੈ ਜਿਹੜੀ ਸੰਘੇ ਦੀ ਚੱਲਦੀ ਹੈ। ਜਦੋਂ ਵੀ ਇਹਨਾਂ ਲੋਕਾਂ ਨੂੰ ਕੋਈ ਲੋੜ ਪੈਂਦੀ ਹੈ ਤਾਂ ਉਹ ਸੰਘੇ ਦੇ ਨੰਬਰਦਾਰ ਨਾਲ ਹੀ ਟਾਈ ਅਪ ਕਰਕੇ ਅਤੇ ਆਪਣਾ ਕੰਮ ਧੰਦੇ ਜਿਹੜੇ ਕਰਵਾਉਂਦੇ ਨੇ। ਗੁਰਦੁਆਰਾ ਸਾਹਿਬ ਇਸ ਪਿੰਡ ਦੇ ਵਿੱਚ ਇੱਕ ਬਣਿਆ ਹੋਇਆ, ਆਂਗਣਵਾੜੀ ਸੈਂਟਰ ਇੱਕ ਹੈ ਜਿਹੜਾ ਹੈਗਾ, ਅਤੇ ਸ਼ਮਸ਼ਾਨ ਘਾਟ ਹੈ ਜਿਹੜਾ ਉਹ ਵੀ ਇੱਕ ਹੈਗਾ, ਪੰਚਾਇਤ ਘਰ ਹੈ ਜਿਹੜਾ ਉਹ ਵੀ ਇਸ ਪਿੰਡ ਦੇ ਵਿੱਚ ਹੈ ਬਣਿਆ ਹੋਇਆ। ਵਾਟਰ ਬੱਸ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਨੂੰ ਜਿਹੜਾ ਇਸ ਪਿੰਡ ਨੂੰ ਹੈ ਉਸ ਦਾ ਵੀ ਸੰਤਾਪ ਹੈ ਜਿਹੜਾ ਭੋਗਣਾ ਪੈ ਰਿਹਾ। ਇਸ ਵਾਟਰ ਬੱਸ ਦਾ ਪਾਣੀ ਜਿਹੜਾ ਕਰੰਡੀ ਤੋਂ ਆਉਂਦਾ ਅਤੇ ਜਿਹੜਾ 2-3 ਪਿੰਡਾਂ ਦੇ ਵਿੱਚੋਂ ਹੋ ਕੇ ਆ ਰਿਹਾ ਗਾ, ਅਤੇ ਉਸ ਪਾਣੀ ਦੀ ਜਿਹੜੀ ਇਹਨਾਂ ਨੂੰ ਕਾਫੀ ਦਿੱਕਤ ਹੈ ਜਿਹੜੀ ਆਉਂਦੀ ਹੈ। ਜੇ ਸਕੂਲ ਦੀ ਗੱਲ ਕਰੀਏ ਤਾਂ ਇੱਥੇ ਇੱਕ ਪ੍ਰਾਇਮਰੀ ਸਕੂਲ ਜਿਹੜਾ ਹੈਗਾ, ਅਤੇ ਜੇ ਫਸਲਾਂ ਦੇ ਪਾਣੀ ਦੀ ਗੱਲ ਕਰੀਏ ਤਾਂ ਇੱਥੇ ਨਹਿਰੀ ਪਾਣੀ ਅਤੇ ਗਰਾਊਂਡ ਵਾਟਰ ਦੋਨੇ ਵਰਤੇ ਜਾਂਦੇ, ਪਰ ਨਹਿਰੀ ਪਾਣੀ ਹੈ ਜਿਹੜਾ ਇੱਥੇ ਟੇਲ 'ਤੇ ਹੋਣ ਕਰਕੇ ਇਸ ਪਿੰਡ ਦੇ ਵਿੱਚ ਹੈ ਨਹੀਂ ਪਹੁੰਚ ਰਿਹਾ। ਸਰਕਾਰੀ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਤਕਰੀਬਨ 7 ਦੇ ਕਰੀਬ ਸਰਕਾਰੀ ਮੁਲਾਜ਼ਮ ਹੈ, 10 ਦੇ ਕਰੀਬ ਹੈ ਜਿਹੜੇ NRI ਇਸ ਪਿੰਡ ਦੇ ਵਿੱਚ ਹੈਗੇ ਆ। ਪਿੰਡ ਦੀ ਸਥਾਪਨਾ ਦੀ ਜੇ ਗੱਲ ਕਰੀਏ ਤਾਂ ਤਕਰੀਬਨ 1969-70 ਦੇ ਵਿੱਚ ਇਸ ਪਿੰਡ ਦੀ ਜਿਹੜੀ ਸਥਾਪਨਾ ਹੋਈ ਸੀ, ਅਤੇ 1997 ਦੇ ਵਿੱਚ ਇਸ ਦੀ ਪੰਚਾਇਤ ਹੈ ਜਿਹੜੀ ਸੰਘਿਆ ਨਾਲੋਂ ਅੱਡ ਹੋ ਗਈ ਸੀ। ਇਸ ਪਿੰਡ ਨੂੰ ਜਿਹੜਾ ਪੰਚਾਇਤ ਦਾ ਜਿਹੜਾ ਰੁਤਬਾ ਉਹ ਮਿਲ ਗਿਆ ਸੀ। ਅਤੇ ਇਸ ਪਿੰਡ ਦੇ ਵਿੱਚ ਹੋਰ ਇੱਕ ਸਭ ਤੋਂ ਵੱਡੀ ਦਿੱਕਤ ਹੈ, ਜਿਵੇਂ ਕਿ ਆਪਾਂ ਪਿਛਲੇ ਪਿੰਡ ਵੀ ਦੱਸਿਆ ਸੀਗਾ ਜਦੋਂ ਆਪਾਂ ਰਾਜਧਾਨੀ ਗਏ ਸੀ, ਉੱਥੇ ਵੀ ਇਹੀ ਮੁਸ਼ਕਲ ਸੀ ਕਿ ਇਸ ਪਿੰਡ ਨੂੰ ਜਿਹੜੀ ਬੱਸ ਦੀ ਸਹੂਲਤ ਨਹੀਂ ਹੈਗੀ, ਜਿਹੜਾ ਕਿ ਬੱਚਿਆਂ ਨੂੰ ਜਾਂ ਖੁਦ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਹੈ ਜਿਹੜੀ ਕਾਫੀ ਦਿੱਕਤ ਆਉਂਦੀ ਹੈ। ਜਦੋਂ ਬੱਚਿਆਂ ਨੂੰ ਸਕੂਲ ਹੈ ਜਿਹੜੇ ਦੂਰ ਦੁਰਾਡੇ ਜਾਣਾ ਪੈਂਦਾ ਤਾਂ ਉਹ ਆਪਣੇ ਪ੍ਰਾਈਵੇਟ ਸਾਧਨਾਂ ਦੇ ਰਾਹੀਂ ਹੀ ਬੱਚਿਆਂ ਨੂੰ ਕਿਤੇ ਨਾ ਕਿਤੇ ਛੱਡ ਕੇ ਆਉਂਦੇ, ਫਿਰ ਉਹ ਬੱਸਾਂ 'ਤੇ ਚੜ੍ਹਦੇ ਆ ਅਤੇ ਫਿਰ ਅੱਗੇ ਪੜ੍ਹਾਈ ਵਾਸਤੇ ਜਾਂ ਹੋਰ ਆਪਣੇ ਕੰਮਾਂ ਕਾਜਾਂ ਨੂੰ ਜਿਹੜਾ ਜਾਂਦੇ ਆ। ਅਤੇ ਇੱਥੇ ਕਾਫੀ ਆਪਣੇ ਮੋਹਤਵਰ ਬੰਦੇ ਪਿੰਡ ਦੇ ਇੱਥੇ ਹੈਗੇ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜੀ ਜਿੰਨੇ ਵੀ ਇੱਥੇ ਮੌਜੂਦ ਬੰਦੇ ਆ ਸਾਰਿਆਂ ਨੂੰ ਦੱਸ ਦਈਏ ਕਿ ਸਾਡੇ ਚੈਨਲ ਦੇ ਮਾਧਿਅਮ ਰਾਹੀਂ
ਕੋਈ ਵੀ ਧਰਮ ਦੇ ਮੁੱਦੇ 'ਤੇ ਨਹੀਂ ਗੱਲ ਹੋਊਗੀ, ਕੋਈ ਵੀ ਰਾਜਨੀਤਿਕ ਮੁੱਦੇ 'ਤੇ ਪਰਸਨਲ ਮੁੱਦੇ 'ਤੇ ਕੋਈ ਗੱਲ ਨਹੀਂ ਹੋਊਗੀ, ਕਿਸੇ ਦੇ ਪਰਸਨਲ ਰੰਜਿਸ਼ ਦੇ ਤਹਿਤ ਜਿਹੜੀ ਗੱਲਬਾਤ ਨਹੀਂ ਹੋਊਗੀ, ਫਲਾਨੇ ਨੇ ਮੇਰੀ ਪੁਲੀ ਬੰਦ ਕਰਤੀ, ਫਲਾਨੇ ਨੇ ਪਹੀ ਬੰਦ ਕਰਤੀ, ਫਲਾਨੇ ਨੇ ਪੈਨਸ਼ਨ ਬੰਦ ਕਰਤੀ, ਇੱਦਾਂ ਦੇ ਮੁੱਦਿਆਂ 'ਤੇ ਕੋਈ ਗੱਲਬਾਤ ਜਿਹੜੀ ਨਹੀਂ ਕੀਤੀ ਜਾਊਗੀ, ਸਿਰਫ ਅਤੇ ਸਿਰਫ ਪਿੰਡ ਦੇ ਮੁੱਦਿਆਂ 'ਤੇ ਹੀ ਗੱਲਬਾਤ ਕੀਤੀ ਜਾਊਗੀ। ਪਿੰਡ ਦੇ ਕੀ ਮੁੱਦੇ ਹੈ, ਪਿੰਡ ਦੇ ਵਿੱਚ ਕੀ ਕਮੀਆਂ, ਕੀ ਸਹੂਲਤਾਂ ਦੀ ਜ਼ਰੂਰਤ ਹੈ, ਉਹਨਾਂ ਮੁੱਦਿਆਂ 'ਤੇ ਹੀ ਆਪਾਂ ਵਿਚਾਰ ਚਰਚਾ ਜਿਹੜੀ ਕਰਾਂਗੇ। ਸਾਰਿਆਂ ਤੋਂ ਪਹਿਲਾਂ ਆਪਾਂ ਇੱਧਰੋਂ ਸ਼ੁਰੂ ਕਰਦੇ ਹਾਂ। ਕੀ ਨਾਮ ਹੈ ਬਾਈ ਜੀ? ਮੇਰਾ ਨਾਮ ਗੁਰਨਾਮ ਸਿੰਘ ਹੈ ਜੀ। ਗੁਰਨਾਮ ਸਿੰਘ ਜੀ, ਆਪਾਂ ਗੱਲ ਕਰੀਏ ਤਾਂ ਜਿਹੜਾ ਪਿੰਡ ਆਪਣਾ ਢਾਣੀਆਂ ਦਾ ਜਿਹੜਾ ਪਿੰਡ ਬਣਿਆ ਹੋਏਗਾ, ਇੱਕ ਪਿੰਡ ਜਾਣੀ ਕਿ ਹੈ ਨਹੀਂ ਜਿਹੜਾ ਪਿੰਡ ਹੁੰਦੇ ਹੈ, ਤਾਂ ਜੇ ਆਪਾਂ ਢਾਣੀਆਂ ਦੀ ਗੱਲ ਕਰੀਏ ਤਾਂ ਇੱਥੇ ਕਿਤੇ ਨਾ ਕਿਤੇ ਮੁਸ਼ਕਲ ਨਹੀਂ ਆਉਂਦੀ ਕੋਈ ਵੀ ਕੰਮ ਕਾਜ ਕਰਨ ਵਾਸਤੇ ਢਾਣੀਆਂ ਦੇ ਵਿੱਚੋਂ ਸੱਦਾ ਪੱਤਰ ਦੇਣਾ, ਜਿਵੇਂ ਹੁਣ ਸਾਨੂੰ ਆਇਆ ਨੂੰ ਕਾਫੀ ਟਾਈਮ ਹੋ ਗਿਆ, ਢਾਣੀਆਂ 'ਚ ਬੰਦੇ ਔਖੇ ਆਏ, ਦਿੱਕਤ ਆਉਂਦੀ ਹੈ ਜੀ, ਆਉਂਦੀ ਹੈ। ਪਿੰਡ ਸੰਘੇ ਦੇ ਵਿੱਚੋਂ ਮਰਬੀਏ ਟੁੱਟ ਕੇ ਮਰਬੀ ਸਾਡੀ ਪੰਚਾਇਤ ਅਲੱਗ ਹੋਈ ਹੈ ਜੀ, ਤਕਰੀਬਨ 25 ਸਾਲ ਹੋ ਗਏ ਜੀ। ਉਸ ਤੋਂ ਬਾਅਦ ਦੇ ਵਿੱਚ ਇੱਥੇ ਨਾ ਤਾਂ ਕੋਈ ਸਾਡੇ ਬੱਸ ਦੀ ਸੁਵਿਧਾ ਜੀ, ਕੋਈ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਹੈ ਨਹੀਂ ਗੀ, ਟੂਟੀਆਂ ਦਾ ਜਿਹੜਾ ਆਮ ਇੱਥੇ ਥੱਲੇ ਪਾਣੀ ਡੂੰਘੇ ਨੇ, ਪਾਣੀ ਮਾੜੇ ਨੇ ਜੀ, ਮਾੜੇ ਹੈ, ਠੀਕ ਹੈ ਜੀ, ਜਿਹੜੇ ਕਿ ਪੀਣ ਯੋਗ ਨਹੀਂ, ਖੇਤੀ ਯੋਗ ਨਹੀਂ। ਉਸ ਤੋਂ ਬਾਅਦ ਦੇ ਵਿੱਚ ਸਾਡੇ ਪੱਕੇ ਜਿਹੜੇ ਖਾਲੇ ਨੇ ਵੀ 1985 ਦੇ ਬਣੇ ਨੇ, ਪਾਣੀ ਡੂੰਘੇ ਵੀ ਬਹੁਤ ਹੈ ਜੀ ਇੱਥੇ। ਹਾਂਜੀ, ਸਾਡੇ ਇੱਥੇ ਬਹੁਤ ਡੂੰਘੇ ਪਾਣੀ ਹੈ, ਬਹੁਤ ਡੂੰਘੇ ਹੈ। ਹਾਂਜੀ ਹਾਂਜੀ, 500 ਫੁੱਟ ਤੱਕ ਸਾਡੇ ਬੋਰ ਨੇ, 235-40 ਫੁੱਟ ਵਾਟਰ ਲੈਵਲ ਹੈ ਜੀ। ਬਾਈ ਜੀ, ਜਿਵੇਂ ਹੁਣ ਸਾਰੇ ਪਿੰਡਾਂ 'ਚ ਤਕਰੀਬਨ ਬੱਸਾਂ ਜਿਹੜੀਆਂ ਜਾਂਦੀਆਂ, ਅਤੇ ਸਰਕਾਰ ਵੱਲੋਂ ਵੀ ਦਾਅਵੇ ਜਿਹੜੇ ਪਿੰਡ ਪਿੰਡ ਬੱਸ ਦੇ, ਪਿੰਡ ਪਿੰਡ ਸਿਹਤ ਸਹੂਲਤਾਂ ਦੇ ਦਿੱਤੇ ਜਾ ਰਹੇ ਆ, ਅਤੇ ਆਪਣੇ ਪਿੰਡ ਨੇ ਨਹੀਂ ਕਦੇ ਮੰਗ ਉਠਾਈ ਵੀ ਇੱਥੋਂ ਦੀ ਬੱਸ ਲੱਗੇ ਜਾਂ ਬੱਚਿਆਂ ਨੂੰ ਜਾਣਾ ਔਖਾ ਹੈ? ਨਹੀਂ ਜੀ, ਮੰਗਾਂ ਬਹੁਤ ਵਾਰੀ ਉਠਾਈਆਂ ਨੇ, ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਅਤੇ ਪਰ ਇੱਥੇ ਇੱਕ ਵਾਰੀ ਲੱਗੀ ਸੀ ਸਰਦੂਲਗੜ੍ਹ ਤੋਂ ਲੈ ਕੇ ਫਤਿਹਾਬਾਦ ਤੱਕ, ਅਤੇ ਕੁਛ ਟਾਈਮ ਦੇ ਵਿੱਚ ਦੁਬਾਰਾ ਫਿਰ ਸਵਾਰੀਆਂ ਦੀ ਕੁਛ ਘਾਟ ਲਾ ਲਓ, ਚਾਹੇ ਕੋਈ ਸਰਕਾਰਾਂ ਦੀਆਂ ਕਮੀਆਂ ਲਾ ਲਓ, ਉਸ ਤੋਂ ਬਾਅਦ ਦੇ ਵਿੱਚ ਦੁਬਾਰਾ ਫਿਰ ਜਿਹੜੀਆਂ ਉਹ ਬੱਸਾਂ ਅਸੀਂ ਬੰਦ ਕੀਤੀ ਗਈ, ਬੰਦ ਕਰ। ਬਿਲਕੁਲ ਜੀ, ਬਿਲਕੁਲ, ਅੱਗੇ ਆਪਾਂ ਗੱਲ ਕਰਾਂਗੇ। ਕੀ ਨਾਮ ਹੈ ਬਾਈ ਜੀ? ਗੁਰਪ੍ਰੀਤ ਸਿੰਘ ਜੀ। ਗੁਰਪ੍ਰੀਤ ਸਿੰਘ ਜੀ, ਵਿਕਾਸ ਦੇ ਮੁੱਦਿਆਂ ਤੋਂ ਦੇਖਿਆ ਜਾਵੇ ਤਾਂ ਆਪਣੇ ਪਿੰਡ ਦੇ ਕੀ ਹਾਲਾਤ ਨੇ? ਵਿਕਾਸ ਦੇ ਕੰਮ ਤਾਂ ਬਹੁਤ ਆਉਣ ਵਾਲੇ ਨੇ ਜੀ, ਜਿਹੜਾ ਪੀਣ ਵਾਲਾ ਪਾਣੀ ਹੈ ਉੱਥੋਂ ਆ ਰਿਹਾ, ਕਰੰਡੀ ਤੋਂ ਆ ਰਿਹਾ, ਉਹ ਆ ਰਿਹਾ ਅਤੇ 4 ਇੰਚ ਪੈਪ ਆ ਰਹੀ ਹੈ, ਅਤੇ ਜਿਹਦੇ 'ਚੋਂ ਘਰ ਬਹੁਤ ਨੇ, 5-7 ਘਰਾਂ ਨੂੰ ਪਾਣੀ ਮਿਲਿਆ, ਬਾਕੀ ਸਾਰਿਆਂ ਨੂੰ ਉਵੇਂ ਹੀ ਹੈ। ਇਹ ਸਾਰੇ ਪਾਈਪਲਾਈਨ ਪਾ ਕੇ ਨਹਿਰ ਦਾ ਪਾਣੀ ਹਰ ਇੱਕ ਘਰ 'ਚ ਜਾਣਾ ਚਾਹੀਦਾ ਜੀ, ਜਾਣਾ ਚਾਹੀਦਾ ਜੀ। ਅਤੇ ਇਹ ਇੱਕ ਢਾਣੀਆਂ ਕਰਕੇ ਬਾਈ ਜੀ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੋਊਗੀ ਪੜ੍ਹਨ ਦੇ, ਕਿਉਂਕਿ ਦੇਖੋ ਹਾਇਰ ਐਜੂਕੇਸ਼ਨ ਵਾਸਤੇ ਜਦੋਂ ਕੋਰਸ ਕਰਦੇ ਆ ਬੱਚੇ ਤਾਂ ਕਾਫੀ ਦਿੱਕਤ ਆਉਂਦੀਆਂ, ਤਾਂ ਇੱਥੇ ਵੀ ਦਿੱਕਤ ਹੋਊਗੀ? ਇੱਥੇ ਬਹੁਤ ਦਿੱਕਤ, ਆਵਾਜਾਈ ਦੀ ਬਹੁਤ ਦਿੱਕਤ ਹੈ ਜੀ। ਹੁਣ ਜੇਕਰ ਪ੍ਰਾਈਵੇਟ ਬੱਚਿਆਂ ਸਕੂਲ ਛੱਡ ਕੇ ਆਉਣਾ ਪੈਂਦਾ ਤਾਂ ਉਹਨਾਂ ਨੂੰ ਲੈ ਕੇ ਆਉਣਾ ਪੈਂਦਾ ਹੈ, ਮਤਲਬ ਸਪੈਸ਼ਲ ਬੰਦਾ ਚਾਹੀਦਾ, ਸਪੈਸ਼ਲ ਬੰਦਾ ਚਾਹੀਦਾ ਜੀ। ਜਦੋਂ ਰਿਸ਼ਤੇਦਾਰੀ ਵੀ ਮਤਲਬ ਉੱਤਰ ਜਾਂਦਾ ਉਹ ਫੋਨ ਕਰ ਦਿੰਦਾ ਵੀ ਆ ਜਾਓ, ਹੈ ਨਾ? ਰਿਸ਼ਤੇਦਾਰ ਜਦੋਂ ਮਤਲਬ ਕਿਸੇ ਨੂੰ ਤੁਰ ਕੇ ਆਉਣਾ ਪੈ ਜੇ ਉਹ ਤਾਂ ਕਹਿੰਦਾ ਯਾਰ ਇਸ ਦੁਬਾਰਾ ਹੁਣ ਆ ਕੇ ਦੁਬਾਰੇ ਤਾਂ ਤੁਹਾਡੇ ਆਉਂਦੇ ਹੀ ਨਹੀਂ ਗੇ। ਹਾਂ, ਦਿੱਕਤ ਤੁਰਨਾ ਬਹੁਤ ਔਖਾ, ਬਹੁਤ ਹੈ, ਦੂਰ ਬਹੁਤ ਹੈ, ਸ਼ਹਿਰ ਬਹੁਤ ਦੂਰ ਹੈ, ਪਿੰਡ ਬਹੁਤ ਦੂਰ ਹੈ ਜੀ। ਹੁਣ ਤੂੰ ਲਾ ਲਓ ਸੰਘਾ 4 ਕਿਲੋਮੀਟਰ, ਰਾਜਰਾਣਾ 3 ਕਿਲੋਮੀਟਰ, ਇੱਧਰ ਕਰਨੌਲੀ ਲਾ ਲਓ, ਇਹ ਲਈ ਸਾਰਿਆਂ ਨੂੰ 4-5 ਕਿਲੋਮੀਟਰ ਤੋਂ ਦੂਰ ਕੋਈ ਹੈ ਹੀ ਨਹੀਂ ਪਿੰਡ। ਹਾਂਜੀ, ਅਤੇ ਬਾਈ ਜੀ ਕਦੇ ਸਰਕਾਰ ਨੂੰ ਨਹੀਂ ਤੁਸੀਂ ਕਿਹਾ, ਜਾਂ ਮਤਲਬ ਜੋ ਪੰਚਾਇਤ ਹੈ ਜਾਂ ਉਹਨਾਂ ਨੂੰ ਕਿਹਾ ਹੋਵੇ, ਜਾਂ ਮੌਕੇ ਦੇ ਲੀਡਰ ਆ ਉਹ ਵੀ ਪਿੰਡ ਦੇ ਵਿੱਚ ਆਉਂਦੇ ਹੋਣਗੇ, ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਵੀ ਪੰਜਾਬ ਦੇ ਵਿੱਚ ਪਿੰਡ ਹੈਗੇ? ਜਦੋਂ ਤਾਂ ਵੋਟਾਂ ਹੁੰਦੀਆਂ ਉਹ ਤਾਂ ਸਾਰੇ ਆਉਂਦੇ ਨੇ ਜੀ, ਜਿਹੜੀ ਮੰਗ ਮੰਗੀ ਗਈ ਉਹ ਮੰਗ ਲੈਂਦੇ ਜੀ, ਕੋਨੇ ਆਪਾਂ ਸੋਰੀ ਬਣ ਗਏ, ਹਾਂ ਹਾਂ ਕਰਦੇ, ਜਦੋਂ ਆਪਾਂ ਬਣ ਗਏ ਸਾਰਾ ਕੁਛ ਹੋ ਜਾਏਗਾ, ਅਤੇ ਜਦੋਂ ਕੋਈ ਬਣ ਜਾਂਦਾ ਫਿਰ ਕੋਈ ਮੂੰਹ ਹੀ ਨਹੀਂ ਕਰਦਾ ਗਾ। ਆਏ ਬਾਈ ਲੀਡਰ ਉਦੋਂ ਬਾਅਦ ਆਏ ਵੋਟਾਂ ਤੋਂ ਬਾਅਦ? ਬਸ ਉਹ ਜੇ ਜੇ ਜਿੱਤ ਜਾਣੇ ਉਹ ਧੰਨਵਾਦ ਕਰਨ ਆ ਜਾਂਦੇ, ਮੁੜ ਕੇ ਆਉਂਦੇ ਨਹੀਂ, ਕੋਈ ਮੁੜ ਕੇ ਨਹੀਂ ਮੁੜ ਕੇ ਨਹੀਂ ਆਉਂਦੇ ਜੀ। ਚਲੋ ਜਦੋਂ ਇਸ ਵਾਰੀ ਆਏ ਤਾਂ ਮੁੱਦੇ ਜ਼ਰੂਰ ਚੱਕਿਓ, ਵੀ ਪਹਿਲਾਂ ਵੀ ਆਏ ਸੀ, ਮੁੱਦੇ ਚੱਕਣੇ ਚਾਹੀਦੇ। ਬਿਲਕੁਲ, ਹਾਂਜੀ, ਕੀ ਨਾਮ ਹੈ ਜੀ ਆਪਣਾ? ਬਲਜੀਤ ਸਿੰਘ। ਬਲਜੀਤ ਸਿੰਘ ਜੀ, ਢਾਣੀਆਂ ਦਾ ਇਹ ਪਿੰਡ ਹੈ ਜਿਹੜਾ, ਅਤੇ ਇੱਥੇ ਆਪਸੀ ਭਾਈਚਾਰਕ ਸਾਂਝ ਕਿਵੇਂ ਹੈ? ਸਾਂਝ ਤਾਂ ਬਹੁਤ ਹੈ ਜੀ, ਭਾਈਚਾਰਕ ਬਹੁਤ ਪਿਆਰ ਹੈ ਸਾਰਿਆਂ ਦਾ, ਪਸ਼ੂ ਦੀ। ਹਾਂਜੀ, ਨਹੀਂ ਨਹੀਂ ਕਦੇ ਕੋਈ ਲੜਾਈ ਪੜ੍ਹਾਈ ਕੋਈ ਇੱਦਾਂ ਦਾ, ਆਪਸ 'ਚ ਕੋਈ ਰੰਜਿਸ਼ਬਾਜ਼ੀ ਕੋਈ ਇੱਦਾਂ ਦਾ ਹੈ ਕੋਈ?
ਨਹੀਂ ਜੀ ਉਸ ਤਰ੍ਹਾਂ ਦੇ ਘਰ 'ਚ ਵੀ ਮਾੜਾ ਮੋਟਾ ਆਪਸ ਵੀ ਹੁੰਦਾ ਰਹਿੰਦਾ ਪਰ ਮਾੜੇ ਮੋਟੇ ਇਹ ਨਹੀਂ ਜੀ ਲੜਾਈ ਹੈਗੀ ਸਾਡੇ ਪਿੰਡ ਦਾ ਮੁੱਦਾ ਤਾਂ ਹਾਂਜੀ ਇਕੱਠੇ ਹਾਂ ਜੀ ਹਾਂ ਹਾਂ ਬਿਲਕੁਲ ਬਿਲਕੁਲ ਹਾਂਜੀ ਕੀ ਨਾਮ ਹੈ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਆਪਾਂ ਜੇ ਗੱਲ ਕਰੀਏ ਤਾਂ ਪਿੰਡ ਕਾਫੀ ਗੱਲਾਂ ਤੋਂ ਜਿਹੜਾ ਪਿੱਛੇ ਹੈ ਯਾਨੀ ਕਿ ਇੱਥੇ ਇਲਾਜ ਵਾਸਤੇ ਨਾ ਤਾਂ ਪਸ਼ੂਆਂ ਦੇ ਇਲਾਜ ਵਾਸਤੇ ਕੋਈ ਸੁਵਿਧਾ ਅਤੇ ਨਾ ਹੀ ਬੰਦਿਆਂ ਦੇ ਇਲਾਜ ਵਾਸਤੇ ਸੁਵਿਧਾ ਅਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਹਿੰਦੇ ਇੱਥੇ ਸਾਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਾਡਾ ਇੱਥੇ ਪਿਆਰ ਬੜਾ ਉਸਮੇ ਅਸੀਂ ਸੰਮਤੀ ਨਾਲ ਸਰਪੰਚ ਬਣਾਇਆ ਸੀ ਅਤੇ ਸਾਡਾ ਮਤਲਬ ਵੀ ਇੱਥੇ ਮਤਲਬ ਆਣ ਕੇ ਲਾਸਟ ਪੈਂਦਾ ਸਾਰਾ ਪਾਣੀ ਤੋਂ ਵੀ ਲਾਸਟ ਪੈਂਦਾ ਵਾਟਰ ਬਕਸ ਤੋਂ ਵੀ ਲਾਸਟ ਪੈਂਦਾ ਅਤੇ ਮਤਲਬ ਵੀ ਇੱਥੇ ਖੀਰ ਪੈਂਦੀ ਆ ਨਹਿਰ ਦਾ ਪਾਣੀ ਵੀ ਖੀਰ ਪੈਂਦਾ ਸਾਡੇ ਵਾਟਰ ਲੈਵਲ ਬਹੁਤ ਡੂੰਘੇ ਆ ਪਾਣੀ ਦੀ ਦਿੱਕਤ ਬਹੁਤ ਜ਼ਿਆਦਾ ਆ ਮਤਲਬ ਜਿਹੜਾ ਪਾਣੀ ਪੀਣਾ ਨਹਿਰ ਦਾ ਸਾਨੂੰ ਮਿਲ ਨਹੀਂ ਰਿਹਾ ਬਿਲਕੁਲ ਇਹ ਨਹਿਰਾਂ ਦੇ ਪਾਣੀ ਪੂਣੀ ਤਾਂ ਚਲੋ ਇਹ ਵੀ ਧਰਤੀ ਦੇ ਨਾਲ ਪਾਈਪਾਂ ਦੇ ਨਾਲ ਆ ਜਾਂਦੇ ਜਿਹੜੀ ਹਵਾ 'ਚੋਂ ਰੇਂਜ ਆਉਂਦੀ ਉਹ ਵੀ ਹੈ ਨਹੀਂ ਮੋਬਾਈਲਾਂ ਦੀ ਉਹ ਵੀ ਹੈ ਨਹੀਂ ਸਿੱਧੀ ਗੱਲ ਉਹ ਵੀ ਹੈ ਨਹੀਂ ਇੱਥੇ ਇੱਥੇ ਰੇਂਜ ਵੀ ਨਹੀਂ ਆਉਂਦੀ ਜੀ ਸਾਰੇ ਬੰਨ ਬਾਰਡਰ ਪੈਂਦਾ ਅਤੇ ਇੱਥੇ ਮਤਲਬ ਕੋਈ ਮਤਲਬ ਫੋਨ ਵੀ ਚੰਗੀ ਤਰ੍ਹਾਂ ਚੱਲਦੇ ਅਤੇ ਮਤਲਬ ਵੇਖ ਲਓ ਬੱਚਿਆਂ ਦੇ ਤਾਂ ਇੰਨੀ ਖਿਆਈ ਆ ਕਿ ਬੱਚਿਆਂ ਨੂੰ ਸਾਰੇ ਚੜਾ ਚਾ ਆਪੋ ਆਪਣੇ ਮੋਟਰਸਾਈਕਲ 'ਤੇ ਆਪੋ ਆਪਣੇ ਗੱਡੀਆਂ 'ਤੇ ਛੱਡ ਕੇ ਆਉਂਦੇ ਫਿਰ ਲੈ ਕੇ ਆਉਂਦੇ ਆ ਅਤੇ ਦਿੱਕਤ ਤਾਂ ਬਹੁਤ ਜ਼ਿਆਦਾ ਇੱਥੇ ਇੱਥੇ ਮੇਰੇ ਖਿਆਲ 'ਚ ਬੱਚੀਆਂ ਨੂੰ ਜ਼ਿਆਦਾ ਦਿੱਕਤ ਹੋਊਗੀ ਕਿਉਂਕਿ ਢਾਣੀਆਂ ਦੇ ਵਿੱਚ ਰਹਿਣ ਕਰਕੇ ਦੇਖੋ ਉਹਨਾਂ ਨੂੰ ਸਪੈਸ਼ਲੀ ਕਿਉਂਕਿ ਮੁੰਡੇ ਤਾਂ ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਚੱਲ ਜਾਂਦੇ ਆ ਲੇਕਿਨ ਬੱਚਿਆਂ ਨੂੰ ਦਿੱਕਤ ਹੈ ਬੱਚਿਆਂ ਤਾਂ ਬਹੁਤ ਦਿੱਕਤ ਹੈ ਜੀ ਪਰ ਬੱਚਿਆਂ ਤਾਂ ਨਾਲ ਮਾਪੇ ਜਾਣਾ ਪੈਂਦਾ ਉਹਨਾਂ ਨੂੰ ਫਿਰ ਉਹਨਾਂ ਨੂੰ ਨਾਲ ਲਿਆਉਣਾ ਪੈਂਦਾ ਜਾ ਕੇ ਛੱਡ ਕੇ ਆਉਣਾ ਪੈਂਦਾ ਦੋ ਦੋ ਤਿੰਨ ਤਿੰਨ ਗੇੜੇ ਮਾਰਨੇ ਪੈਂਦੇ ਫਿਰ ਜੇ ਅਗਲੇ ਨੇ ਮਤਲਬ ਉਹਨੂੰ ਫਿਰ ਟਿਊਸ਼ਨ 'ਤੇ ਲਾਇਆ ਫਿਰ ਛੱਡ ਕੇ ਆਉਣਾ ਪੈਂਦਾ ਬਹੁਤ ਦਿੱਕਤ ਹੈ ਜੇ ਬਾਈ ਜੀ ਗੱਲ ਕਰੀਏ ਢਾਣੀਆਂ ਦੀ ਆਪਸ ਵਿੱਚ ਦੂਰੀ ਕਿੰਨੀ ਕੁ ਹੈ ਦੂਰੀ ਤਾਂ ਮਤਲਬ ਜੀ ਆਪੋ ਆਪਣੇ ਖੇਤ 'ਚ ਬੈਠੇ ਆ ਮਤਲਬ ਪਿੰਡ ਦਾ ਅੱਧਾ ਅੱਧਾ ਕਿਲੋਮੀਟਰ ਹਾਂ ਅੱਧਾ ਅੱਧਾ ਕਿਲੋਮੀਟਰ ਹੈਗੇ ਆ ਜਿਹੜੇ ਮਤਲਬ ਇੱਥੇ ਜਿਹਨੇ ਪਹਿਲਾਂ ਬੈਠੇ ਉਹ ਸਾਰੇ ਘਰ ਬੈਠੇ ਆ ਇਕੱਠੇ ਦੂਜੇ ਹਾਂਜੀ ਦੂਜੇ ਮਾਂ ਆਪੋ ਆਪਣੇ ਖੇਤਾਂ 'ਚ ਬੈਠੇ ਆ ਕੋਈ ਅੱਧਾ ਕਿਲੋਮੀਟਰ ਆ ਕੋਈ ਅੱਧੇ ਤੋਂ ਘੱਟ ਆ ਕੋਈ ਕਿੱਥੇ ਕਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਆਪਾਂ ਮੌਜੂਦ ਆ ਖੜੇ ਹੁਣ ਇੱਥੇ ਕਿੰਨੇ ਘਰਾਂ ਦੀ ਢਾਣੀ ਹੈ ਇੱਥੇ ਆਊਗੀ 8-10 ਘਰ ਜੀ ਇਕੱਠੇ 8-10 ਘਰ ਹੈਗੇ ਜੀ ਠੀਕ ਹਾਂਜੀ ਬਾਈ ਜੀ ਕੀ ਨਾਮ ਆ ਗੁਰਜੀਤ ਸਿੰਘ ਜੀ ਬਾਈ ਜੀ ਨਾਮ ਤਾਂ ਮੇਰੇ ਵਾਲਾ ਹੀ ਆ ਮੇਰਾ ਵੀ ਗੁਰਜੀਤ ਸਿੰਘ ਹੀ ਹੈ ਨਾ ਹਾਂ ਚਲੋ ਵਧੀਆ ਗੱਲ ਆ ਤਾਂ ਆਪਾਂ ਜੇ ਗੱਲ ਕਰੀਏ ਬਾਈ ਜੀ ਇੱਥੋਂ ਦੇ ਜਿਹੜੀਆਂ ਸਹੂਲਤਾਂ ਪਿੰਡ ਨੂੰ ਮਿਲਣੀਆਂ ਚਾਹੀਦੀਆਂ ਤਾਂ ਉਹ ਇਸ ਪਿੰਡ ਦੇ ਵਿੱਚ ਸਹੂਲਤਾਂ ਹੈ ਨਹੀਂ ਕਾਫੀ ਸਹੂਲਤਾਂ ਤੋਂ ਜਿਹੜਾ ਪਿੰਡ ਹੈ ਜਿਹੜਾ ਸੱਖਣਾ ਤਾਂ ਕਦੇ ਤੁਸੀਂ ਇਹਨਾਂ ਚੀਜ਼ਾਂ ਵਾਸਤੇ ਮੰਗ ਨਹੀਂ ਉਠਾਈ ਯਾਰ ਹਰ ਇੱਕ ਪਿੰਡ ਦੇ ਵਿੱਚ ਦੇਖੋ ਕੋਈ ਨਾ ਕੋਈ ਆਪਾਂ ਮੰਗ ਆ ਜਾਂ ਮਤੇ ਪਾਉਣੇ ਆ ਜਾਂ ਕੁਛ ਵੀ ਇਹ ਤਾਂ ਮਿਲ ਜਾਂਦਾ ਤਾਂ ਇੱਥੇ ਪਿੰਡ ਨੂੰ ਕੀ ਦਿੱਕਤ ਆਈ ਹੈ ਮਤੇ ਵੀ ਪਾ ਕੇ ਭੇਜੀ ਦੇ ਨੇ ਜੀ ਮੰਗਾਂ ਵੀ ਰੱਖੀ ਦੀਆਂ ਨੇ ਜੇ ਕੋਈ ਲੀਡਰ ਆਉਂਦਾ ਬਸ ਉਹ ਵਿੱਚੇ ਰਹਿ ਜਾਂਦੇ ਨੇ ਸੁਣੀ ਸੁਣਾਈ ਗੱਲ ਵਿੱਚ ਹੀ ਰਹਿ ਲਮਕ ਜਾਂਦੇ ਬਸ ਕਾਗਜ਼ਾਂ ਤੱਕ ਸੀਮਤ ਜਿਹੜਾ ਰਹਿ ਜਾਂਦਾ ਬਿਲਕੁਲ ਹੋਰ ਇੱਕ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਸਭ ਤੋਂ ਪਹਿਲਾਂ ਸਾਡੀ ਇੱਕ ਬੇਨਤੀ ਵੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਅਤੇ ਯੂਟਿਊਬ ਹੈ ਜਿਹੜਾ ਉਸ ਨੂੰ ਸਬਸਕ੍ਰਾਈਬ ਕਰ ਲਓ ਅਤੇ ਇੱਥੇ ਜੇ ਗੱਲ ਕਰੀਏ ਵੀ ਜਿਹੜੀਆਂ ਚੀਜ਼ਾਂ ਹੈ ਨਹੀਂ ਇਸ ਪਿੰਡ ਦੇ ਆਪਦੇ ਨੰਬਰਦਾਰ ਹੈ ਨਹੀਂ ਇੱਥੇ ਮੰਦਰ ਕੋਈ ਨਹੀਂ ਹੈਗਾ ਡੇਰਾ ਕੋਈ ਨਹੀਂ ਹੈਗਾ ਹੋਰ ਧਾਰਮਿਕ ਸਥਾਨ ਨਹੀਂ ਹੈਗਾ ਧਰਮਸ਼ਾਲਾ ਕੋਈ ਨਹੀਂ ਹੈਗੀ ਡਿਸਪੈਂਸਰੀ ਕੋਈ ਨਹੀਂ ਹੈਗੀ ਅਤੇ ਇੱਥੇ ਜੇ ਆਪਾਂ ਗੱਲ ਕਰੀਏ ਸੁਵਿਧਾ ਸੈਂਟਰ ਆ ਜਿਹੜਾ ਉਹ ਵੀ ਸੰਘੇ ਨਾਲ ਜੁੜਿਆ ਗਿਆ ਪਸ਼ੂ ਹਸਪਤਾਲ ਆ ਜਿਹੜਾ ਉਹ ਵੀ ਸੰਘੇ ਜਾਣਾ ਪੈਂਦਾ ਇਹਨਾਂ ਨੂੰ ਅਤੇ ਛੱਪੜ ਹੈ ਨਹੀਂ ਸੁਸਾਇਟੀ ਹੈ ਨਹੀਂ ਬੈਂਕ ਹੈ ਨਹੀਂ ਗਊਸ਼ਾਲਾ ਹੈ ਨਹੀਂ ਗਰਾਊਂਡ ਹੈ ਨਹੀਂ ਜਿੰਮ ਹੈ ਨਹੀਂ ਲਾਇਬ੍ਰੇਰੀ ਹੈ ਨਹੀਂ ਇੰਨਾ ਸਮਾਨ ਹੈ ਜਿਹੜਾ ਹੈ ਨਹੀਂ ਪੀਣ ਵਾਲਾ ਪਾਣੀ ਹਾਂਜੀ ਵਾਟਰ ਵਰਕਸ ਦਾ ਪਾਣੀ ਅਤੇ ਨਹਿਰੀ ਪਾਣੀ ਇਹ ਜ਼ਰੂਰੀ ਚਾਹੀਦਾ ਸਾਨੂੰ ਹਾਂਜੀ ਕੀ ਨਾਮ ਹੈ ਜੀ ਆਪਣਾ ਕਵਲਦੀਪ ਸਿੰਘ ਜੀ ਕਵਲਦੀਪ ਜੀ ਦੇਖੋ ਜਿਹਨੇ ਇੰਨੀਆਂ ਕੁ ਸਹੂਲਤਾਂ ਮੈਂ ਗਿਣਾ ਦੀਆਂ ਵੀ ਤੁਹਾਡੇ ਪਿੰਡ 'ਚ ਹੈ ਨਹੀਂ ਠੀਕ ਹੈ ਤਕਰੀਬਨ ਇਹ ਜਿਹੜੀਆਂ ਮੁੱਢਲੀਆਂ ਸਹੂਲਤਾਂ ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਹੀ ਹੈਗੀਆਂ ਅਤੇ ਨਹੀਂ ਹੈਗੀਆਂ ਤਾਂ ਨਾਲ ਵਾਲੇ ਪਿੰਡ ਦੇ ਵਿੱਚ ਹੁੰਦੀਆਂ ਲੇਕਿਨ ਤੁਹਾਡੇ ਇਹੋ ਜਿਹੀਆਂ ਸਹੂਲਤਾਂ ਵੀ ਹੈਗੀਆਂ ਜਿਹੜੀਆਂ ਪਿੰਡ 'ਚ ਚਾਹੀਦੀਆਂ ਪਰ ਨਾਲ ਵਾਲੇ ਪਿੰਡ 'ਚ ਤੁਹਾਨੂੰ ਜਾਣਾ ਪੈਂਦਾ ਉਹਨਾਂ ਵਾਸਤੇ ਵੀ ਇਸ ਬਾਰੇ ਤੁਹਾਡੀ ਕੀ ਅਪੀਲ ਹੈਗੀ ਹੈ ਸਰਕਾਰ ਨੂੰ ਉਹਦਾ ਇੱਕ ਤਾਂ ਅਪੀਲ ਇੱਕ ਸਭ ਤੋਂ ਵੱਡਾ ਮੈਂ ਤੁਹਾਨੂੰ ਕਾਰਨ ਦੱਸ ਦਿੰਦਾ ਕਾਰਨ ਕੀ ਹਾਂਜੀ ਇਹਦਾ ਕਾਰਨ ਇਹ ਆ ਵੀ ਕਿਉਂਕਿ ਇਹ ਕੋਈ ਹੱਦਬੰਦੀ ਵਾਲਾ ਕੋਈ ਵੱਖਰਾ ਪਿੰਡ ਹੈ ਨਹੀਂਗਾ ਢਾਣੀਆਂ ਦਾ ਪਿੰਡ ਢਾਣੀ ਜੋ ਸਾਡਾ ਰਕਬਾ ਨਾ ਸੰਘੇ ਪਿੰਡ ਦਾ ਰਕਬਾ ਹੈ ਇਹ ਸਾਰਾ ਰਕਬਾ ਸੰਘੇ ਪਿੰਡ ਦਾ ਹੈ ਜੀ ਇਹ ਰਕਬੇ ਦੇ ਵਿੱਚੋਂ ਜਦੋਂ ਪਹਿਲਾਂ ਮਤਲਬ ਰਕਬਾ ਵੱਡਾ ਸੀ ਸੰਘੇ ਪਿੰਡ ਦਾ ਸੰਘਾ ਪਿੰਡ ਦਾ ਬਹੁਤ ਵੱਡਾ ਰਕਬਾ 6-7 ਹਜ਼ਾਰ ਕਿੱਲੇ ਦਾ ਰਕਬਾ ਇਹਦਾ
ਉਹ ਜਦੋਂ ਪੁਰਾਣੇ ਸਮੇਂ ਜਦੋਂ ਸਾਡੇ ਬਜ਼ੁਰਗ ਸੀ ਜਿਹੜੇ ਉਹਨਾਂ ਦੇ ਸਾਡੇ ਇੱਥੇ ਖੇਤ ਸੀ ਜਿਹਨਾਂ ਲੋਕਾਂ ਦੇ ਜਿਹਨਾਂ ਹੋਰ ਵੀ ਸਾਰਿਆਂ ਦੇ ਜੋ ਸਾਡੇ ਬਜ਼ੁਰਗਾਂ ਜਾਂ ਹੋਰ ਜਿੰਨੇ ਵੀ ਸਾਰੇ ਸੀ ਉਹਨਾਂ ਨੂੰ ਸੰਘੇ ਉਹ ਚੱਲ ਕੇ ਆਉਣਾ ਪੈਂਦਾ ਸੀਗਾ ਜੀ ਇੱਧਰ ਖੇਤੀ ਕਰਨ ਵਾਸਤੇ ਅਤੇ ਹੈ ਸੀ ਸਾਰਾ ਜੰਗਲ ਰਸਤਾ ਕੱਚਾ ਸੀ ਬੁਰਾ ਹਾਲ ਸੀਗਾ ਇਹ ਕਦੋਂ ਦੀ ਗੱਲ ਹੈ ਜੀ ਕਿੰਨੇ ਇਹ ਕਾਫੀ ਪੁਰਾਣੀ ਮੇਰੇ ਖਿਆਲ 'ਚ 65 ਹਾਂਜੀ ਹਾਂ ਜਦੋਂ ਹਰਿਆਣਾ ਅਲੱਗ ਹੋਇਆ ਉਸ ਉਹਨਾਂ ਨੇ ਟਾਈਮ ਦੀ ਗੱਲ ਸਾਨੂੰ ਇੱਥੇ ਲਾਟ ਹਾਂ ਸਾਨੂੰ ਇੱਧਰ ਲਾਟ ਹੋਏ ਜ਼ਮੀਨ ਦਾ ਸਾਡੇ ਬਜ਼ੁਰਗ ਜਦੋਂ ਇੱਥੇ ਆਏ ਸੀ ਉਦੋਂ ਸਾਰੇ ਮਤਲਬ ਇੱਥੇ ਹੀ ਜੰਗਲ ਸੀ ਟੋਟਲਾ ਸਾਰਾ ਜਿੰਨਾ ਏਰੀਆ ਅਤੇ ਸੰਘੇ ਵਾਲਾ ਏਰੀਆ ਪਰਲੀ ਸਾਡੇ ਜਿਹੜਾ ਉਪਜਾਊ ਸੀ ਏਰੀਆ ਇਹ ਸਾਰਾ ਜੰਗਲ ਦਾ ਏਰੀਆ ਸੀਗਾ ਇਹ ਸਾਡੇ ਬਜ਼ੁਰਗਾਂ ਨੇ ਆ ਕੇ ਸਾਰਾ ਇੱਥੋਂ ਮਤਲਬ ਜੰਗਲ ਪੁੱਟੇ ਅਤੇ ਇਹਨੂੰ ਵਾਂਦ ਕੀਤਾ ਜ਼ਮੀਨ ਬਣਾਈ ਹੌਲੀ ਹੌਲੀ ਮਤਲਬ ਵਧੀਆ ਅੱਜ ਤਾਂ ਪੂਰੇ ਰੰਗ ਭਗ ਲੱਗੇ ਹੋਏ ਜੀ ਹਾਂਜੀ ਹਾਂਜੀ ਅੱਛਾ ਉਹ ਫਿਰ ਉੱਥੋਂ ਦੂਰੀ ਪੈਣ ਦੇ ਕਾਰਨ ਵੀ ਰੋਜ਼ਾਨਾ ਆਉਣਾ ਪੈਂਦਾ ਸੀ ਸ਼ਾਮ ਨੂੰ ਜਾਣਾ ਪੈਂਦਾ ਸੀ ਰਾਹ ਮਾੜੇ ਸੀ ਬੁਰੇ ਹਾਲ ਸੀ ਉਹ ਫਿਰ ਉਹਨਾਂ ਨੇ ਇਹ ਪਿੰਡ ਨਾ ਕਿਤੇ ਪੁਰਾਣਾ ਨਾਂ ਚੱਲਦਾ ਸੀ ਇਹਦਾ ਲੁਹਾਰ ਖੇੜਾ ਪੁਰਾਣੇ ਸਮਿਆਂ ਦਾ ਪਤਾ ਨਹੀਂ ਇਸ ਬਾਰੇ ਕੋਈ ਆਪਾਂ ਨੂੰ ਬਹੁਤਾ ਵੀ ਇਹ ਨਾਂ ਕਿਸ ਤਰ੍ਹਾਂ ਸੀਗਾ ਅਤੇ ਉਹ ਫਿਰ ਉਦੋਂ ਇੱਥੇ ਸਾਡੇ ਬਜ਼ੁਰਗਾਂ ਨੇ ਜਿਵੇਂ ਸਾਡੇ ਖੇਤ ਆ ਗਏ ਇੱਥੇ ਲਾਗੇ ਲਾਗੇ ਇੱਥੇ ਸਾਡੇ ਬਜ਼ੁਰਗ ਇੱਥੇ ਆ ਗਏ ਹੋਰ ਢਾਣੀਆਂ ਆਪੋ ਦੇ ਖੇਤਾਂ ਸਾਰੇ ਇੱਥੇ ਆ ਕੇ ਰਹਿਣ ਲੱਗ ਪਏ ਅਤੇ ਇਹ ਰਹਿੰਦੇ ਰਹਿੰਦੇ ਹੋਏ ਕਈ ਸਾਲ ਟੱਪ ਕੇ ਜਦੋਂ ਸਾਰੇ ਇੱਥੇ ਉਪਜਾਊ ਹੋ ਗਏ ਖੇਤ ਤਾਂ ਮਤਲਬ ਇਹ ਢਾਣੀਆਂ ਨਾਲ ਕਾਫੀ ਜਦੋਂ ਸਾਰੇ ਇਕੱਠੇ ਇੱਥੇ ਹੁੰਦੇ ਆ ਇਹ ਸਾਡੇ ਬਜ਼ੁਰਗਾਂ ਨੇ ਜ਼ਮੀਨ ਦੇ ਦਿੱਤੀ ਗੁਰੂ ਘਰ ਬਣ ਗਿਆ ਨਾਲ ਸਕੂਲ ਬਣ ਗਿਆ ਪੰਚਾਇਤ ਨੂੰ ਜ਼ਮੀਨ ਦੇ ਦਿੱਤੀ ਸਕੂਲ ਬਣਾ ਤਾ ਪ੍ਰਾਇਮਰੀ ਸਕੂਲ ਬਣ ਗਿਆ ਫਿਰ ਇਹਨਾਂ ਸਾਰੇ ਸੋਚਿਆ ਵੀ ਸਾਰੇ ਪਿੰਡ ਨੇ ਰਲ ਕੇ ਸੋਚਿਆ ਵੀ ਆਪਾਂ ਮਤਲਬ ਪੰਚਾਇਤ ਵੱਖਰੀ ਆਪਣੇ ਇੱਥੋਂ ਦੀ ਬਣਾਈਏ ਕੋਈ ਆਪਣਾ ਵਿਕਾਸ ਅਲੱਗ ਕਰੇ ਮਤਲਬ ਦੂਰੀ ਪੈ ਗਈ ਪਿੰਡ ਤੋਂ ਵਿਕਾਸ ਹੋਣਾ ਔਖਾ ਸੀ ਤਾਂ ਵੀ ਆਪਾਂ ਇਹ ਪਿੰਡ ਇੱਕ ਆਪਣਾ ਪੰਚਾਇਤ ਵੱਖਰੀ ਕਰਾਈਏ ਅਤੇ ਆਪਾਂ ਆਪਦਾ ਵਿਕਾਸ ਵਧੂਗਾ ਅੱਛਾ ਜੀ ਉਹ ਜ਼ੋਰ ਲੱਗੇ ਸਾਰਾ ਕੁਛ ਹੋਇਆ ਪੰਚਾਇਤ ਵੱਖਰੀ ਹੋ ਗਈ ਵੱਖਰੀ ਪੰਚਾਇਤ ਹੋਣ ਤੋਂ ਬਾਅਦ ਕੋਈ ਥੋੜ੍ਹੇ ਬਹੁਤੇ ਕੰਮ ਵੀ ਹੋਏ ਜਿੰਨੇ ਕੁ ਹੋ ਸਕਦੇ ਸੀ ਉਸ ਮੌਕੇ 'ਤੇ ਫਿਰ ਮਤਲਬ ਇਹ ਪਿੰਡ ਦੀ ਹੱਦਬੰਦੀ ਨਹੀਂ ਹੋਈ ਪੱਕੇ ਤੌਰ 'ਤੇ ਜੇਕਰ ਪੱਕੇ ਤੌਰ 'ਤੇ ਹੱਦਬੰਦੀ ਹੋ ਜਾਂਦੀ ਪਿੰਡ ਕੱਟਿਆ ਜਾਂਦਾ ਅਲੱਗ ਫਿਰ ਉਹ ਅਲੱਗ ਸਿਸਟਮ ਸਾਰਾ ਬਣਦਾ ਨੰਬਰਦਾਰ ਵੀ ਮਿਲਦਾ ਸਾਨੂੰ ਸਾਡਾ ਨੰਬਰਦਾਰ ਵੀ ਮਿਲਦਾ ਹੋਰ ਜਿਸ ਤਰ੍ਹਾਂ ਕੋਈ ਮਹੱਲਾ ਹਸਪਤਾਲ ਸਰਕਾਰੀ ਛੋਟੇ ਨਿੱਕੇ ਡੰਗਰਾਂ ਵਾਲੇ ਪਸ਼ੂਆਂ ਵਾਲੇ ਸਾਰੇ ਉਹ ਚੀਜ਼ਾਂ ਮਿਲਦੀਆਂ ਉਹ ਚੀਜ਼ਾਂ ਤੋਂ ਅਸੀਂ ਰਹਿ ਕੁਛ ਤਾਂ ਹੀ ਗਏ ਕਾਰਨ ਆ ਵੀ ਹੱਦਬੰਦੀ ਪੱਕੇ ਤੌਰ 'ਤੇ ਸਾਡਾ ਪਿੰਡ ਅਲੱਗ ਨਹੀਂ ਹੋਇਆ ਸਿਰਫ ਇੱਕ ਪੰਚਾਇਤ ਹੀ ਅਲੱਗ ਹੋਈ ਸਾਡਾ ਪਿੰਡ ਸੰਘਾ ਹੀ ਰਹਿ ਗਿਆ ਢਾਣੀਆਂ ਹੀ ਰਹਿ ਗਈਆਂ ਉਹ ਇੱਕ ਵੱਡਾ ਕਾਰਨ ਜਿਹੜਾ ਸਾਡੇ ਕੰਮ ਘੱਟ ਜਿਸ ਤਰ੍ਹਾਂ ਡਿਸਪੈਂਸਰੀ ਜਾਂ ਹੋਰ ਚੀਜ਼ਾਂ ਆ ਰਹੇ ਨੇ ਉਹਦਾ ਵੱਡਾ ਕਾਰਨ ਇਹ ਵੀ ਹੈ ਜੀ ਇੱਕ ਹੁਣ ਇੱਕ ਪਿੰਡ 'ਚ ਦੋ ਨਹੀਂ ਹੋ ਸਕਦੀਆਂ ਕਿਉਂਕਿ ਪਿੰਡ ਸਾਡਾ ਸੰਘਾ ਹੀ ਸਾਨੂੰ ਇੱਥੇ ਮਤਲਬ ਲੁਹਾਰ ਖੜੇ ਨੂੰ ਸਾਡੇ ਸਰਦੂਲਗੜ੍ਹ ਤੋਂ ਅੱਗੇ ਕੋਈ ਨਹੀਂ ਜਾਂਦਾ ਲੁਹਾਰ ਖੜਾ ਸਿਰਫ ਇੱਕ ਜੋ ਬਾਈ ਜੇ ਜਦੋਂ ਆਪਾਂ ਜ਼ਮੀਨ ਦਾ ਨਕਸ਼ਾ ਜਾਂ ਹੋਰ ਦੇਖਦੇ ਹਾਂ ਉਸ ਦੇ ਵਿੱਚ ਲੁਹਾਰ ਖੜੇ ਹੀ ਆਉਂਦਾ ਨਾ ਜੀ ਨਾ ਸੰਘਾ ਲੁਹਾਰ ਖੜਾ ਸਿਰਫ ਪੰਚਾਇਤ ਦੇ ਤੌਰ 'ਤੇ ਆ ਇਸ ਤੋਂ ਬਾਅਦ ਲੁਹਾਰ ਖੜਾ ਕੁਛ ਨਹੀਂ ਹੈਗਾ ਲੁਹਾਰ ਖੜੀ ਸਿਰਫ ਪੰਚਾਇਤ ਸਿਰਫ ਪੰਚਾਇਤ ਦਾ ਹੈ ਇਸ ਤੋਂ ਬਾਅਦ ਕੋਈ ਲੁਹਾਰ ਖੜਾ ਨਹੀਂ ਅਲੱਗ ਪਿੰਡ ਨਹੀਂ ਹੈਗਾ ਸੰਘਾ ਪਿੰਡ ਹੀ ਹੈ ਬਸ ਉਹ ਮਤਲਬ ਹੁਣ ਪਰ ਸਰਕਾਰੀ ਨਕਸ਼ੇ 'ਤੇ ਹੈ ਹੀ ਨਹੀਂ ਨਹੀਂ ਹੈ ਜੀ ਨਾ ਸਿਰਫ ਮਾਨਸਾ ਜ਼ਿਲ੍ਹੇ 'ਚ ਪੰਚਾਇਤ ਦੇ ਤੌਰ 'ਤੇ ਹੀ ਸੰਘਾ ਹੈ ਉਸ ਤੋਂ ਅੱਗੇ ਆਨਲਾਈਨ ਕਿਤੇ ਕੋਈ ਸੰਘਾ ਲੁਹਾਰ ਖੜਾ ਵੱਖਰਾ ਨਹੀਂ ਹੈ ਕੋਈ ਵੱਖਰਾ ਨਹੀਂ ਹੈਗਾ ਹਾਂ ਇਹਦੇ ਮਤਲਬ ਵੈਸੇ ਤਾਂ ਹੁਣ ਸਾਡੇ ਇੱਥੇ ਸੀਡ ਵਾਲੀਆਂ ਫਰਮਾਂ 3-4 ਲੱਗ ਗਈਆਂ ਹੋਰ ਲੱਗ ਗਈਆਂ 1-2 ਫੈਕਟਰੀਆਂ ਜਿਵੇਂ ਉਹਦੇ ਕਾਰਨ ਸਾਡਾ ਲੁਹਾਰ ਖੜਾ ਮਸ਼ਹੂਰ ਤਾਂ ਆਲ ਪੰਜਾਬ 'ਚ ਹਰਿਆਣੇ 'ਚ ਯੂਪੀ ਕਈ ਸਟੇਟਾਂ ਤੱਕ ਮਸ਼ਹੂਰ ਹੋ ਗਿਆ ਸਾਡਾ ਲੁਹਾਰ ਖੜਾ ਪਰ ਸਿਰਫ ਸਾਡਾ ਆਨਲਾਈਨ ਨਹੀਂ ਮਸ਼ਹੂਰ ਹੋਇਆ ਜੇ ਕਾਗਜ਼ਾਂ 'ਚ ਨਹੀਂ ਚੜਿਆ ਇਹ ਸਾਡੀ ਕੋਸ਼ਿਸ਼ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਜੇਕਰ ਅਸੀਂ ਇਹਨੂੰ ਹੱਥਬੰਦੀ ਕਰਵਾ ਲਈਏ ਪਿੰਡ ਦੀ ਕਿਉਂ ਹੋਣੀ ਹੈ ਸੰਘੇ ਨਾਲ ਅਤੇ ਰਾਜਰਨ ਨਾਲ ਦੋਵਾਂ ਪਿੰਡਾਂ ਦੀ ਨਾਲ ਮਿਲ ਕੇ ਪਿੰਡ ਤੋਂ ਕਿਉਂਕਿ ਉਹਨਾਂ 'ਚ ਰਿਪੋਰਟਾਂ ਵੀ ਕਲੀਅਰ ਨਹੀਂ ਹੁੰਦੀਆਂ ਗੀਆਂ ਵੀ ਆਹ ਘਰ ਇੱਧਰ ਲੁਹਾਰ ਖੜੇ ਰਹਿਣਗੇ ਕਦੀ ਲੁਹਾਰ ਖੜੇ ਕੋਈ ਘਰ ਆ ਕੇ ਕੱਟੇ ਜਾਂਦੇ ਕੋਈ ਲੁਹਾਰ ਖੜੇ ਜੁੜ ਜਾਂਦੇ ਨੇ ਜਿਹਦੇ ਹੱਥਬੰਦੀ ਨਹੀਂ ਹੁੰਦੀ ਅੱਛਾ ਉਹ ਪੱਕੇ ਤੌਰ 'ਤੇ ਜੋ ਕਲੀਅਰ ਹੋਊਗਾ ਉਸ ਤੋਂ ਬਾਅਦ ਹੀ ਵਿਕਾਸ ਇਹਦਾ ਵਧੂਗਾ ਪਿੰਡ ਦੇ ਕੰਮ ਜਿਹੜੇ ਹੁਣ ਡਿਸਪੈਂਸਰੀ ਵੀ ਕਰ ਜਾਂ ਹੋਰ ਸਹੂਲਤਾਂ ਨੇ ਉਹ ਮਿਲਣਗੀਆਂ ਬਾਕੀ ਅਸੀਂ ਕੁਛ ਤਾਂ ਹੁਣ ਜੀ ਵੈਸੇ ਵੀ ਕਰ ਦਿੰਦੇ ਨੇ ਜਦੋਂ ਕੋਈ ਮੌਕੇ ਜਿਹੜੀ ਮੌਕੇ ਸਰਕਾਰ ਉਸ ਮੌਕੇ ਦੀ ਸਰਕਾਰ ਦੇ ਮੌਕੇ ਦੇ MLA ਨੂੰ ਮਤਲਬ ਅਸੀਂ ਕਰਦੇ ਰਹਿੰਦੇ ਹਾਂ ਬੇਨਤੀ ਵੀ ਸਾਡੇ ਆਹ ਸਹੂਲਤਾਂ ਜਿੰਨੀਆਂ ਵੀ ਕਮੀਆਂ ਨੇ ਸਾਡੀਆਂ ਪੂਰੀਆਂ ਕੀਤੀਆਂ ਜਾਣ ਪਰ ਕੁਛ ਸਾਡੇ ਪਿਛਲੇ 3-4 ਪਲਾਣਾ ਸਿਸਟਮ ਇਹ ਰਹਿ ਗਿਆ ਵੀ ਜਿਹੜੀ ਸਰਕਾਰ ਆਉਂਦੀ ਸੀ MLA ਦੂਸਰਾ ਬਣ ਜਾਂਦਾ ਸੀ
ਉਹ ਵੀ ਸਾਡੇ ਦੋ ਤਿੰਨ ਪਲਾਨ ਸਾਡਾ ਇਹ ਸਿਸਟਮ ਐਵੇਂ ਚੱਲਦਾ ਰਿਹਾ, ਉਹਦੇ ਨਾਲ ਬੜਾ ਫਰਕ ਪੈਂਦਾ ਜੀ ਵਿਕਾਸ ਦਾ। ਕਿਤੇ ਇੱਕ ਮੌਕੇ ਦੀ ਸਰਕਾਰ ਹੋਣੀ, ਸਰਕਾਰ ਦਾ ਹੀ MLA ਹੋਣਾ, ਤੋਂ ਬਾਕੀ ਫਿਰ ਵੀ ਜਿੰਨੇ ਜੋ ਗਏ ਸੀ ਉਹ ਕਰਦੇ ਰਹੇ, ਆਪਾਂ ਐਵੇਂ ਕਿਸੇ ਨੂੰ ਨਿੰਦਿਆ ਨਹੀਂ ਕਿਸੇ ਦੀ ਕਰਨੀ, ਬਿਲਕੁਲ ਕਰ ਜਿੰਨੇ ਜੋ ਅਸੀਂ ਕਰਦੇ, ਬਹੁਤੇ ਕੰਮ ਹੋਏ ਨੇ ਪਹਿਲਾਂ ਸਾਡੇ ਸ਼ੁਰੂ ਸ਼ੁਰੂ ਅਕਾਲੀ ਸਰਕਾਰ ਦੇ ਕੰਮ ਜਦੋਂ ਸੀਗੀ ਉਦੋਂ ਵੀ ਬਹੁਤ ਵਿਕਾਸ ਸਾਡੇ ਦੇ ਕੰਮ ਹੋਏ ਨੇ, ਪਰ ਜਿੰਨੇ ਹੋਣੇ ਚਾਹੀਦੇ ਉਨੇ ਨਹੀਂ ਹੋਏ, ਹੋਏ ਨੇ ਇਹ ਕੋਈ ਸ਼ੱਕ ਨਹੀਂ, ਵੀ ਨਹੀਂ ਹੋਏ। ਬਾਈ ਜੀ, ਪਰ ਇੱਕ ਚੀਜ਼ ਆਪਾਂ ਹੋਰ ਜਾਣਨੀ ਚਾਹੁੰਦੇ ਸੀਗੇ, ਚਲੋ ਕੰਮ ਤਾਂ ਚਲੋ ਸਰਕਾਰਾਂ ਆਪੋ ਆਪਣਾ ਜ਼ੋਰ ਲਾਉਂਦੀਆਂ ਹੀ ਆ, ਵੀ ਜਦੋਂ ਵੀ ਕੋਈ ਪੜ੍ਹਾਈ ਵਾਸਤੇ ਜਾਂ ਬੱਚਿਆਂ ਨੂੰ ਨੌਕਰੀ ਵਾਸਤੇ ਕੋਈ ਫਾਰਮ ਭਰੇ ਜਾਂਦੇ ਤਾਂ ਉਦੋਂ ਸੰਘਾ ਲਿਖਿਆ ਜਾਂਦਾ ਕਿ ਲੁਹਾਰਖੇੜਾ? ਦੇਖੋ ਲਿਖਿਆ ਸੰਘਾ ਹੀ ਜਾਂਦਾ, ਪਰ ਸਾਨੂੰ ਪੰਚਾਇਤੀ ਤੌਰ 'ਤੇ ਵਿੱਚ ਲੁਹਾਰਖੜਾ ਵੀ ਨਾਲ ਦਰਜ ਕਰਵਾਉਣਾ ਪੈਂਦਾ ਹੈ। ਜੇਕਰ ਅਸੀਂ ਇਕੱਲਾ ਲੁਹਾਰਖੜਾ ਪਾਲੀਏ ਤਾਂ ਸਾਡੇ ਪਾਸਪੋਰਟ ਨਹੀਂ ਬਣਦਾ ਜੀ, ਸਾਡੇ ਕਾਜ ਰੱਦ ਹੋ ਜਾਂਦੇ ਜਿੰਨਾ ਚਿਰ ਸੰਘੇ ਦਾ ਵੇਰਵਾ ਸਾਨੂੰ ਨਾਲ ਨਾ ਪਈਏ। ਪਾਸਪੋਰਟ ਤੇ ਕੀ ਲਿਖਿਆ ਹੁੰਦਾ? ਸੰਘਾ ਲਿਖਿਆ ਹੁੰਦਾ, ਸੰਘਾ ਹੀ ਸੰਘਾ, ਲੁਹਾਰਖੜਾ ਸੰਘਾ, ਲੁਹਾਰਖੜਾ ਸੰਘਾ, ਸੰਘਾ ਹੀ ਲਿਖਿਆ ਚੱਲ ਲੁਹਾਰਖੜਾ ਲਿਖੋ, ਨਾਲ ਲਿਖੋ ਕੋਈ ਅਹਿਮੀਅਤ ਨਹੀਂ ਰੱਖਦਾ, ਸੰਘਾ ਲਿਖਿਆ ਜ਼ਰੂਰੀ ਹੋਣਾ, ਸੰਘੇ ਨਾਲ ਜਾਂਦਾ, ਸਾਨੂੰ ਬੜੀ ਵੱਡੀ ਦਿੱਕਤ ਹੈ ਇਸ ਚੀਜ਼ ਦੀ, ਬੜੀ ਵੱਡੀ, ਨਿੱਕੀ ਮੋਟੀ ਨਹੀਂ। ਕਿਸੇ ਵੇਲੇ ਸਾਨੂੰ ਧਿਆਨ ਨਾਲ ਰਹੇ ਸੰਘਾ ਲਿਖਾਉਣਾ ਭੁੱਲ ਜਾਈਏ, ਸਾਡੇ ਕਾਗਜ਼ ਹੀ ਖਰਾਬ ਹੋ ਜਾਂਦੇ ਨੇ, ਸਰਟੀਫਿਕੇਟ ਸਾਨੂੰ ਬੜੀਆਂ ਦਿੱਕਤਾਂ ਆਉਂਦੀ, ਕਿਹਾ ਸੰਘਾ ਨਹੀਂ ਲਿਖਿਆ ਹੁੰਦਾ ਤੇ ਸਾਡੇ ਉਹ ਜਵਾਕਾਂ ਸਰਟੀਫਿਕੇਟ ਦੁਬਾਰਾ ਨੌਕਰੀਆਂ ਦੇ ਵਿੱਚ ਵੀ ਦਿੱਕਤ ਆਉਂਦੀ ਹੋਊ ਬਾਈ ਜੀ, ਵੀ ਜਿਵੇਂ ਦੋ ਦੋ ਪਿੰਡ ਸ਼ੋਅ ਹੋ ਜਾਂਦੇ ਲੁਹਾਰਖੇੜਾ ਸੰਘਾ, ਅਗਲਾ ਦਾ ਕੀ ਲਿਖਾਈ ਜਾਂਦੇ ਤੁਸੀਂ ਯਾਰ, ਪਿੰਡ ਕਿਹੜਾ ਪਿੰਡ ਇੱਕ ਦੱਸੋ, ਤੁਸੀਂ ਦੋ ਦੋ ਦੱਸੀ ਜਾਂਦੇ ਹਰੇਕ, ਹੁਣ ਅਸੀਂ ਤਾਂ ਪਿੰਡ ਚੜ੍ਹੇ ਨੇ ਸਾਨੂੰ ਪਤਾ, ਹਰੇਕ ਨੂੰ ਤਾਂ ਨਹੀਂ ਪਤਾ ਇਸ ਗੱਲ ਦਾ, ਜਿੱਥੇ ਜਾਂਦੇ ਅਗਲੇ ਨੂੰ ਦੱਸੀਦਾ ਸੰਘਾ ਲੁਹਾਰਖੇੜਾ, ਅਗਲਾ ਦਾ ਯਾਰ ਇੱਕ ਦੱਸੋ ਕਿਹੜਾ ਦੱਸੇ, ਸਾਡਾ ਦੋ ਬਿਨਾਂ ਸਰਦਾ ਸਾਨੂੰ ਦੋ ਹੀ ਦੱਸਣੇ ਪੈਣਗੇ, ਸਾਡਾ ਦੋ ਨਾਲ ਹੀ ਕੰਮ ਹੋਏਗਾ। ਅੱਗੇ ਅਫਸਰ ਵੀ ਕਹਿੰਦੇ ਹੋਣਗੇ ਨਾ ਵੀ ਦੇਖੋ ਢਾਣੀ ਦਾ ਕੀ ਲਿਖਣਾ, ਵੀ ਤੁਸੀਂ ਪਿੰਡ ਲਿਖੋ, ਪਰ ਜੋ ਪਿੰਡ ਦੀ ਪੰਚਾਇਤ ਹੈਗੀ ਹੈ ਪੰਚਾਇਤੀ ਤੌਰ 'ਤੇ ਕੋਈ ਕੰਮ ਕਰਾਉਣਾ, ਫਿਰ ਸਾਡਾ ਉਹਦੇ 'ਚ ਲੁਹਾਰਖੜਾ ਜ਼ਰੂਰੀ ਹੁੰਦਾ ਪਾਉਣਾ, ਕਿਉਂਕਿ ਪੰਚਾਇਤ ਦੀ ਸਰਪੰਚ ਦੀ ਸਰਪੰਚ ਸਾਹਿਬ ਨੇ ਮੋਹਰ ਲੱਗਣੀ ਲੁਹਾਰਖੜੇ ਦੀ ਲੱਗਣੀ, ਅਤੇ ਸਾਡਾ ਜੋ ਮਤਲਬ ਆਨਲਾਈਨ ਸਿਸਟਮ ਜੋ ਵੀ ਕੰਮ ਹੋਣਾ, ਰਕਬੇ ਦਾ ਹੋਣਾ ਜਾਂ ਜ਼ਮੀਨੀ ਪੱਧਰ ਦਾ ਤੌਰ 'ਤੇ ਜਾਂ ਕੋਈ ਹੋਰ ਹੋਣਾ, ਸਾਡਾ ਉਹ ਸੰਘੇ ਨਾਲ ਹੀ ਹੋਣਾ, ਇਸ ਕਰਕੇ ਸਾਨੂੰ ਮਤਲਬ ਉਹ ਸੰਘਾਂ ਅਤੇ ਲੁਹਾਰਖੜਾ ਦੋਨੋਂ ਹੀ ਅਟੈਚ ਰੱਖਣੇ ਪੈਂਦੇ ਨਾਲ ਪਾਉਣ ਵਾਸਤੇ। ਆਉਣ ਵਾਲੇ ਸਮੇਂ 'ਚ ਇਹੀ ਤਾਂ ਅਸੀਂ ਇਹ ਵੀ ਅਸੀਂ ਇੱਕ ਬੇਨਤੀ ਕਰਦੇ ਹਾਂ ਨਾ ਸਰਕਾਰ ਨੂੰ, ਸਾਨੂੰ ਪੱਕੇ ਤੌਰ 'ਤੇ ਸਾਡੀ ਹੱਦਬੰਦੀ ਦੇ ਕੇ ਸਾਨੂੰ ਪੱਕੇ ਤੋਂ ਸਾਡਾ ਪਿੰਡ ਨਿਸ਼ਚਿਤ ਕੀਤਾ ਜਾਵੇ ਅਤੇ ਸਾਨੂੰ ਉਹ ਚੀਜ਼ਾਂ ਦੀਆਂ ਪਿੰਡ ਦੀਆਂ ਸਹੂਲਤਾਂ ਤਿਆਰ ਕੀਤਾ, ਸਭ ਕੁਛ ਟੋਟਲ ਸਾਨੂੰ ਸਹੂਲਤਾਂ ਪਿੰਡ ਦੀਆਂ ਮਿਲਣ। ਹੁਣ ਜੇ ਨਾਲ ਲੱਗਦਾ ਹਰਿਆਣਾ ਹੋ ਗਿਆ ਜੀ, ਹਰਿਆਣੇ ਸਾਨੂੰ ਇੱਥੇ ਨੈਟਵਰਕ ਦੀ ਬੜੀ ਪ੍ਰੋਬਲਮ, ਹਰੇਕ ਚੀਜ਼ ਤਰ੍ਹਾਂ ਦੀ ਪ੍ਰੋਬਲਮ, ਕਿਉਂਕਿ ਬਾਰਡਰ ਆ ਗਿਆ, ਬਾਰਡਰ 'ਤੇ ਰੇਂਜ ਇੱਧਰੋਂ ਵੀ ਘੱਟ, ਪੰਜਾਬ ਦੀ ਹਰਿਆਣੇ ਦੀ ਵੀ ਘੱਟ। ਬਿਲਕੁਲ ਬਿਲਕੁਲ, ਇੱਕ ਸਾਨੂੰ ਸਭ ਤੋਂ ਵੱਡੀ ਸਮੱਸਿਆ ਜੀ ਸਾਡਾ ਜੋ ਸੰਘਾ ਲੁਹਾਰਖੜਾ ਰਾਜਰਾਣਾ ਇਸ ਪਿੰਡ ਦੇ ਵਿੱਚ ਨਾ ਪਾਣੀ ਬਹੁਤ ਡੂੰਘੇ ਨੇ ਜੀ, ਜੋ ਜ਼ਮੀਨ 'ਚੋਂ ਆਪਾਂ ਪਾਣੀ ਲੈਂਦੇ ਹਾਂ ਖੇਤੀ ਵਾਸਤੇ ਬਹੁਤ ਡੂੰਘੇ ਨੇ, ਉਹਦੇ ਵਾਸਤੇ ਜੀ ਹੁਣ ਮੋਟਰਾਂ ਵੱਡੀਆਂ ਪਾਉਣੀਆਂ ਪੈਂਦੀਆਂ, ਅਤੇ ਜੋ ਹੁਣ ਵੱਡੀ ਵੱਡੀ ਆ ਮੋਟਰਾਂ ਵਾਸਤੇ ਟ੍ਰਾਂਸਫਾਰਮ ਵੱਡੇ ਚਾਹੀਦੇ, ਸਾਨੂੰ ਸਰਕਾਰ 25 ਦੇ ਟ੍ਰਾਂਸਫਾਰਮ ਦੇ ਰਹੀ ਹੈ ਕਾਫੀ ਲੰਬੇ ਸਾਜ ਤੋਂ, ਨਹੀਂ ਇਹ ਵੀ ਅਕਾਲੀ ਸਰਕਾਰ ਵੇਲੇ ਸਾਡੇ ਗ੍ਰੇਡੇ 'ਤੇ ਸੰਘੇ ਬਣਿਆ, ਭੁੰਦੜ ਸਾਹਿਬ ਰਾ ਬਣਵਾਇਆ ਸੀ, ਉਸ ਤੋਂ ਬਾਅਦ ਮਤਲਬ ਸਾਡੇ ਇਹਨਾਂ ਫਲੈਟ ਰੇਟ ਕਰਵਾਇਆ ਸੀ 25 ਤੱਕ, ਹੁਣ ਉਸ ਤੋਂ ਬਾਅਦ ਆਲ ਪੰਜਾਬ 'ਚ ਤਾਂ ਛੋਟੀਆਂ ਮੋਟਰਾਂ ਨੂੰ ਦਿੱਕਤ ਕੋਈ ਨਹੀਂ ਆਉਂਦੀ, ਸਾਡੇ ਜੋ ਇੱਥੋਂ ਦਾ ਸਾਨੂੰ ਦਿੱਕਤ ਸਾਡੇ ਮੋਟਰਾਂ ਪੈਂਦੀਆਂ ਵੱਡੀਆਂ, ਡੂੰਘੇ ਪਾਣੀ ਹੈ ਅਤੇ ਪਾਣੀ ਕੱਢਣ ਵਾਸਤੇ ਮੋਟਰਾਂ ਵੱਡੀਆਂ ਪਾਉਣੀਆਂ ਪੈਂਦੀਆਂ, ਮਜਬੂਰੀ ਹੈ, ਅਸੀਂ ਇਹ ਨਹੀਂ ਵੀ ਜਾਣ ਕੇ ਲੋੜ ਵੱਧਦਾ ਬਾਈ ਜੀ, ਉਦੋਂ ਫਿਰ ਟ੍ਰਾਂਸਫਾਰਮ ਤਾਂ ਵੱਡਾ ਹੋਊ ਹੀ ਕਹਿ ਰਹਿਣਾ, ਉਹ ਲੋੜ ਵੱਧਣ ਵਾਸਤੇ ਸਾਨੂੰ ਟ੍ਰਾਂਸਫਾਰਮ ਚਾਹੀਦਾ ਵੱਡਾ ਜੀ, ਬੜਾ ਟ੍ਰਾਂਸਫਾਰਮ ਜਾਂਦੇ ਹਾਂ ਉਹ ਕਹਿੰਦੇ ਨਾ ਇਹ ਤਾਂ ਤੁਹਾਡਾ 25 ਤੋਂ ਬਾਅਦ ਮਿਲ ਸਕਦਾ, ਤੁਸੀਂ ਫਿਰ ਕਨੈਕਸ਼ਨ ਵੱਡਾ ਕਰਾਓ ਜਾਂ ਕਨੈਕਸ਼ਨ ਵੱਡਾ ਕਰਾਉਣ ਨੂੰ ਤਿਆਰ ਹਾਂ ਅਸੀਂ, ਉਹ ਕਹਿੰਦੇ ਫਿਰ ਮਤਲਬ ਉਹਦੇ 'ਤੇ ਬਿੱਲ ਆਊਗਾ, ਬਿੱਲ ਵੀ ਆਊਗਾ, ਦੂਸਰਾ ਕਮਰਸ਼ੀਅਲ 'ਚ ਆ ਜਾਊਗਾ ਜੀ ਉਹ। ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡਾ ਇਹ ਪਿੰਡ ਹਰਿਆਣੇ ਦੇ ਨਾਲ ਲੱਗਦਾ ਪਿੰਡ ਹੈ, ਸਾਨੂੰ ਇਹਦੀ ਬੜੀ ਸੰਘੇ ਗ੍ਰੇਡ 'ਤੇ ਬੜੀ ਵੱਡੀ ਇਹ ਪਰੇਸ਼ਾਨੀ ਹੈ, ਸਾਡਾ ਮਤਲਬ ਇਹ ਕਨੈਕਸ਼ਨ ਹੈ ਜਿਹੜੇ ਸਾਡੇ ਵੱਡੇ ਕਿਤੇ ਸਾਰੇ ਲੋਕ ਕਨੈਕਸ਼ਨ ਦੀਆਂ ਪਾਵਰਾਂ ਦੇ ਪੈਸੇ ਭਰਨ ਨੂੰ ਤਿਆਰ ਨੇ ਵੀ ਅਸੀਂ ਕਨੈਕਸ਼ਨ 30 ਦਾ ਕਰਾ ਲਈਏ 35 ਦਾ ਕਰਾ ਲਈਏ, ਸਾਨੂੰ ਮਤਲਬ ਉਸ ਮੁਤਾਬਕ ਟ੍ਰਾਂਸਫਾਰਮ 63 ਦੇ ਘੱਟ ਤੋਂ ਘੱਟ 63 ਟ੍ਰਾਂਸ ਦਿੱਸੇ ਜਾਣ ਅਤੇ ਕਨੈਕਸ਼ਨ ਸਾਡੇ ਵੱਡੇ ਕਿਤੇ ਜਾਣ ਤਾਂ ਫਲੈਟ ਰੇਟ ਕੀਤਾ ਜਾਵੇ, ਹਾਂ ਜੋ ਆਲ ਪੰਜਾਬ 'ਚ ਫਲੈਟ ਰੇਟ ਚੱਲਦਾ ਉਸੇ ਤਰ੍ਹਾਂ ਹੀ ਸਾਨੂੰ ਕੀਤਾ ਜਾਵੇ, ਇਹ ਸਹੂਲਤ ਸਾਨੂੰ ਬੜੀ ਵੱਡੀ ਜ਼ਰੂਰਤ ਹੈ ਇਹਦੀ, ਕਿਉਂਕਿ ਅੱਗੇ ਪਾਣੀ ਹੋਰ ਡੂੰਘੇ ਦਿਨੋਂ ਦਿਨ ਡੂੰਘੇ ਹੋਈ ਜਾਂਦੇ ਆ, ਸਾਨੂੰ ਇਹ ਸਿੰਚਾਈ ਕਰਨ ਵਾਸਤੇ ਖੇਤੀ ਕਰਨ ਵਾਸਤੇ ਸਮੱਸਿਆ ਬਹੁਤ ਆ ਰਹੀ ਹੈ ਇਸ ਚੀਜ਼ ਦੀ।
ਇਹ ਸਾਡਾ ਹੱਲ ਸਰਕਾਰਾਂ ਨੂੰ ਆਪਾਂ ਕਹਿੰਦੇ ਹਾਂ ਵੀ ਜ਼ਰੂਰ ਕਰੇ, ਸਭ ਤੋਂ ਜ਼ਰੂਰੀ ਕੰਮ ਇਹ ਹੈ। ਅਤੇ ਉਸ ਤੋਂ ਬਾਅਦ ਪੀਣ ਵਾਲੇ ਪਾਣੀ ਦਾ, ਵਾਟਰ ਬਕਸ ਦਾ, ਜੋ ਪਾਣੀ ਵੈਸੇ ਕੁਛ ਇਤਿਹਾਤ ਰਿਹਾ ਪਰ ਉਹ ਨਹੀਂ ਆ, ਥੋੜ੍ਹਾ ਬਹੁਤਾ ਕਦੀ ਆ ਕਦੇ ਨਹੀਂ ਆ ਗਿਆ, ਕੋਈ ਕਲੀਅਰ ਨਹੀਂ ਹੈ ਕਾਂ, ਦੋ ਚਾਰ ਘਰਾਂ ਜਿੱਥੇ ਥੋੜ੍ਹੇ ਬਹੁਤ ਆਉਂਦਾ ਹੈ ਉਹ ਵੀ ਕਦੀ ਆਉਂਦਾ ਕਦੀ ਨਹੀਂ, ਲਗਾਤਾਰ ਨਹੀਂ। ਅਤੇ ਬੜੀ ਵੱਡੀ ਇਹ ਜ਼ਰੂਰਤ ਹੈ ਪੀਣ ਵਾਲੇ ਪਾਣੀ, ਕਿਉਂਕਿ ਜਿਹੜਾ ਪਾਣੀ ਥੱਲੇ ਵਾਲਾ ਉਹਦੇ 'ਚ ਨਾ ਸ਼ੋਰਾ ਬਹੁਤ ਜ਼ਿਆਦਾ, ਉਹ ਪੀਣ ਦੇ ਲਾਇਕ ਹੈ ਨਹੀਂ ਉਹਨਾਂ। ਨਹਿਰੀ ਪਾਣੀ ਚੰਗਾ ਪੀਣ ਵਾਸਤੇ, ਇੱਕ ਸਾਨੂੰ ਦੂਸਰਾ ਨਹਿਰ ਦਾ ਪਾਣੀ ਜਿਹੜੀ ਖੇਤਾਂ ਦੀ ਸਿੰਚਾਈ ਵਾਸਤੇ ਹੈ, ਸਾਡੇ ਟੈਲ ਪੈਂਦੀ ਜੀ, ਟੈਲ ਤੋਂ ਅੱਗੇ ਖਾਲਾ ਸਾਡਾ ਬਿਲਕੁਲ ਖਤਮ ਹੈ ਜੀ। ਅਤੇ ਲੋਕਾਂ ਦਾ ਧਿਆਨ ਬੋਰਾਂ ਵਾਲੇ ਬਣੇ ਜ਼ਿਆਦਾ, ਕਿਉਂਕਿ ਨਹਿਰ ਦਾ ਪਾਣੀ ਆਉਂਦਾ ਕੋਈ ਨਹੀਂ ਗਾ, ਜੇ ਪਾਣੀ ਆਵੇ ਤਾਂ ਫਿਰ ਤਾਂ ਲੋਕ ਖਾਲੇ ਖੁੱਲੇ ਬਣਾਉਣ, ਲੋਕ ਖਾਲੇ ਬਣਾਉਣ ਵੀ ਹਟ ਗਏ ਵੀ ਜਦੋਂ ਪਾਣੀ ਆਉਂਦਾ ਖਾਲੇ ਬਣਾ ਕਰਨਾ ਕੀ ਹੈ। ਪਾਣੀ ਉਦੋਂ ਆਉਂਦਾ ਜਦੋਂ ਪਿੱਛੇ ਲੋਕ ਮੋਹ ਕੇ ਬੰਦ ਕਰ ਦਿੰਦੇ ਆ, ਤਾਂ ਸਾਰਾ ਪਾਣੀ ਟੈਲ 'ਚ ਆਉਂਦਾ ਨੁਕਸਾਨ ਕਰਨ ਵਾਸਤੇ, ਜਦੋਂ ਲੋੜ ਨਹੀਂ ਹੁੰਦੀ, ਜਦੋਂ ਲੋੜ ਨਹੀਂ ਹੁੰਦੀ। ਅਤੇ ਜਦੋਂ ਲੋੜ ਹੁੰਦੀ ਉਦੋਂ ਪਾਣੀ ਸਾਰੇ ਮੋਗੇ ਪਿੱਛੇ ਖੁੱਲ ਜਾਂਦੇ, ਪਾਣੀ ਪਿੱਛੇ ਰਹਿੰਦਾ, ਸਾਡੀ ਟੈਲ ਵਿਹਲੀ ਹੋ ਜਾਂਦੀ, ਟੈਲ 'ਚੋਂ ਪਾਣੀ ਮਾੜਾ ਮਾੜਾ ਰਹਿੰਦਾ ਝਾਰਾ ਜਿਹਾ। ਇਸ ਕਰਕੇ ਲੋਕ ਉੱਧਰ ਖਾਲੇ ਵਾਲੇ ਬਣੇ ਹੁੰਦੇ ਨੀਗੇ, ਅਤੇ ਜੇ ਪਾਣੀ ਪਿੱਛੋਂ ਪੂਰਾ ਆਵੇ ਲੋਕ ਵੀ ਖਾਲੇ ਵਾਲੇ ਬਣੇ ਹੋਣਗੇ, ਕਿਉਂਕਿ ਪਾਣੀ ਦੀ ਜ਼ਰੂਰਤ ਹੈ ਹੀ ਜੀ। ਨਹਿਰੀ ਪਾਣੀ ਤਾਂ ਬਹੁਤ ਵੱਡੀ ਚੀਜ਼ ਹੈ, ਉਹ ਮਿਲ ਜਾਵੇ ਉਹਦੇ ਵਰਗੀ ਤਰੀਸ ਕੋਈ ਨਹੀਂ ਜੀ। ਇਹ ਹੁਣ ਮੋਟਰਾਂ ਦਾ ਪਾਣੀ ਅਸੀਂ ਬੜੇ ਔਖੇ ਹੋ ਕੇ ਕੱਢਦੇ ਹਾਂ, ਬੜਾ ਖਰਚਾ, ਜੇਕਰ ਕਿਤੇ ਲਾਈਟ ਖਰਾਬ ਕਰ ਜੇ ਸਾਨੂੰ ਜਨਰੇਟਰ ਲਾਉਣਾ ਪੈ ਜੇ, ਤਾਂ ਜੀ ਬਾਈ 10-11 ਲੀਟਰ ਇੱਕ ਘੰਟੇ ਦਾ ਜਨਰੇਟਰ ਤੇਲ ਖਾਂਦਾ, ਇੱਕ ਘੰਟੇ ਦਾ ਸਿਰਫ, ਉਹ ਚਲਾਉਣਾ ਬਹੁਤ ਔਖਾ ਹੈ, ਉਹ ਤਾਂ ਇੱਕ ਅੱਧਾ ਘੰਟਾ ਚਲਾਉਣਾ ਪਿਆ ਚੱਲ ਸਕਦਾ, ਇਸ ਤੋਂ ਬਾਅਦ ਨਹੀਂ ਚੱਲ ਸਕਦਾ ਜੀ। ਬਿਲਕੁਲ ਬਿਲਕੁਲ, ਬਾਈ ਜੀ ਨੇ ਦੱਸਿਆ ਸਾਰੇ ਜਾਣਕਾਰੀ ਦਿੱਤੀ ਹੈ ਜਿਹੜਾ ਵੀ ਪਾਣੀ ਦੀ ਕਿੰਨੀ ਵੱਡੀ ਜਿਹੜੀ ਪਰੇਸ਼ਾਨੀ ਇਸ ਪਿੰਡ ਦੇ ਵਿੱਚ ਹੈਗੀ ਹੈ। ਅਤੇ ਸਾਡੇ ਨਾਲ ਹੋਰ ਮੌਜੂਦ ਨੇ, ਇਹਨਾਂ ਨੂੰ ਅੱਛਾ ਇੱਕ ਗੱਲ ਹੋਰ ਦੱਸ ਦਈਏ, ਇਹ ਭਰਾ ਨੇ ਅਤੇ ਇਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਜਿਹੜਾ ਬਣਾਇਆ ਗਿਆ, ਇਹਨਾਂ ਦੇ ਪਰਿਵਾਰ ਨੂੰ ਬਣਾਇਆ ਗਿਆ, ਇਹਨਾਂ ਦੀ ਨੂੰਹ ਹੈ ਜਿਹੜੀ ਸਰਪੰਚ ਹੈ ਮੌਜੂਦਾ, ਅਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ। ਕੀ ਨਾਮ ਹੈ ਜੀ? ਨਛੱਤਰ ਸਿੰਘ। ਨਛੱਤਰ ਸਿੰਘ ਜੀ, ਕਾਫੀ ਦੇਖੋ ਮੁਸ਼ਕਲਾਂ ਦੇ ਵਿੱਚ ਤੁਹਾਡਾ ਪਿੰਡ ਹੈਗਾ, ਸਿਰਫ ਇੱਕ ਪੰਚਾਇਤ ਦੇ ਤੌਰ 'ਤੇ ਪਿੰਡ ਹੈ, ਉਹ ਕਾਗਜ਼ਾਂ ਦੇ ਵਿੱਚ ਹੈ ਪਿੰਡ ਹੈ ਜਿਹੜਾ ਭਰਾਵਾਂ ਨੇ ਦੱਸਿਆ ਨਹੀਂ ਹੈਗਾ, ਠੀਕ ਹੈ, ਲੇਕਿਨ ਕਾਫੀ ਪਰੇਸ਼ਾਨੀਆਂ ਦਾ ਤੁਹਾਨੂੰ ਫਿਰ ਸਾਹਮਣਾ ਕਰਨਾ ਪੈਂਦਾ। ਕਦੇ ਤੁਸੀਂ ਮਤੇ ਵਗੈਰਾ ਪਾਏ ਨਹੀਂ ਹੈਗੇ ਵੀ ਸਾਨੂੰ ਗਰਾਊਂਡ ਦਿਓ ਜਾਂ ਕੋਈ ਟਿਊਬਵੈੱਲ ਦਿਓ, ਕਨੈਕਸ਼ਨ ਦਿਓ, ਇੱਦਾਂ? ਪਾਏ ਨੇ ਜੀ, ਮੈਂ ਸੰਘੇ ਤੋਂ ਲੈ ਕੇ ਲਵਾਰਖੇੜਾ ਅਤੇ ਲਵਾਰਖੇੜੇ ਤੋਂ ਰਾਜਰਾਣਾ ਤੱਕ ਸੜਕ ਦਾ ਏਰੀਆ ਕਢਾਉਣ ਵਾਸਤੇ 2 ਵਾਰੀ ਮਤਾ ਪਾ ਕੇ ਭੇਜ ਚੁੱਕਾ, ਪਰ ਉਹ ਮਸਲਾ ਹੱਲ ਨਹੀਂ ਹੋਇਆ। ਇੱਕ ਬਾਈ ਜੀ, ਇੱਥੇ ਪਾਣੀ ਦੀ ਬੜੀ ਦਿੱਕਤ ਹੈ, ਕਹਿੰਦੇ ਵੀ ਗੁਰਦੁਆਰਾ ਸਾਹਿਬ ਜਾਂ ਸਕੂਲ 'ਚ ਵੀ ਪਾਣੀ ਪ੍ਰਾਈਵੇਟ ਆ ਰਿਹਾ, ਉਹ 'ਚ ਵੀ ਪੀਣ ਵਾਲਾ ਪਾਣੀ ਨਹੀਂ ਹੈਗਾ, ਅਤੇ ਉਸ ਵਾਸਤੇ ਮਤਾ ਨਹੀਂ ਪਾਇਆ ਕੋਈ? ਨਹੀਂ, ਉਸ ਵਾਸਤੇ ਹੁਣ ਕੋਸ਼ਿਸ਼ ਕਰੀ ਜਾਂਦੇ ਹਾਂ, ਰਾਜਰਾਣੇ ਮਿੰਨੀ ਵਾਟਰ ਬਕਸ ਲੱਗਦਾ ਪਿਆ, ਉਹਦੇ ਕਾਰਨ ਸ਼ਾਇਦ ਸਾਡਾ ਮਸਲਾ ਹੱਲ ਹੋ ਜਾਏ। ਅਤੇ ਹੋਰ ਸਾਡੇ ਮਾਧਿਅਮ ਰਾਹੀਂ ਕੋਈ ਮੰਗ ਪਿੰਡ ਵਾਸਤੇ ਤੁਸੀਂ ਚਾਹੁੰਦੇ ਹੋ ਵੀ ਹਾਂ ਪੂਰੀ ਹੋ ਜਾਏ? ਇੱਕ ਤਾਂ ਜੀ ਮੋਟਰਾਂ ਦੇ ਕਨੈਕਸ਼ਨ ਵੱਡੇ ਕੀਤੇ ਜਾਣ ਅਤੇ ਸਾਨੂੰ 63 ਦੇ ਟਰਾਂਸਫਾਰਮ ਮਿਲਣ, ਇੱਕ ਨਹਿਰੀ ਪਾਣੀ ਹੈ ਜਿਹੜਾ ਖੇਤੀ ਵਾਸਤੇ ਉਹ ਜ਼ਰੂਰੀ ਹੈ, ਇੱਕ ਵਾਟਰ ਬਕਸ ਦਾ ਪੀਣ ਵਾਲਾ ਪਾਣੀ ਜਿਹੜਾ ਉਹ ਬਹੁਤ ਜ਼ਰੂਰੀ ਹੈ। ਹਾਂ, ਇੱਕ ਸਾਨੂੰ ਟਰਾਂਸਫਾਰਮ ਅੱਡੋ ਅੱਡ ਮੋਟਰਾਂ 'ਤੇ ਚਾਹੀਦੇ ਆ, ਤਿੰਨ ਮੋਟਰਾਂ ਚੱਲ ਰਹੀਆਂ, ਇਹਨਾਂ ਦੀਆਂ ਤਿੰਨ ਚੱਲ ਰਹੀਆਂ, ਤੇ ਉਹ ਮਤਲਬ ਜਦੋਂ ਲੋਡ ਪੈਂਦਾ ਤੇ ਫੇਰ ਉੱਡ ਜਾਂਦਾ, ਟਰਾਂਸਫਾਰਮ ਸੜ ਜਾਂਦਾ। ਹਾਂ, ਉਦੋਂ ਸਾਨੂੰ ਦਿੱਕਤ ਬੜੀ ਹੁੰਦੀ, ਇਹਨਾਂ ਨੂੰ ਵੀ ਆਉਂਦੀ ਆ, ਸਾਡਾ ਵੀ ਇਸ ਤਰ੍ਹਾਂ ਮਤਲਬ ਤਿੰਨਾਂ ਮੋਟਰਾਂ ਦੇ ਟਰਾਂਸਫਾਰਮ ਇੱਕ ਆ, ਤੇ ਜਿੱਥੇ ਮਤਲਬ ਵੀ ਹੁਣ ਮੋਟਰ 'ਤੇ ਹੋਣਾ ਚਾਹੀਦਾ, 25-25 ਦੀਆਂ 50-50 ਦੀਆਂ ਮੋਟਰਾਂ ਹੈ, ਅਤੇ 100 ਦਾ 150 ਦਾ ਟਰਾਂਸਫਾਰਮ 100 ਦਾ ਨਹੀਂ ਕੱਢਦਾ ਜੀ ਉੱਥੇ। ਬਿਲਕੁਲ, ਇਸ ਪਿੰਡ ਦੀਆਂ ਜਿਹੜੀਆਂ ਜਾਇਜ਼ ਮੰਗਾਂ ਤੁਹਾਨੂੰ ਜਿਹੜੀਆਂ ਦੱਸੀਆਂ, ਤਾਂ ਇਸ ਪਿੰਡ ਦੀਆਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਤੋਂ ਇਹ ਪਿੰਡ ਆ ਜਿਹੜਾ ਵਾਂਝਾ ਅਤੇ ਕਾਫੀ ਹੱਦ 'ਤੇ ਹੋਣ ਕਰਕੇ ਦਿੱਕਤਾਂ ਦਾ ਸਾਹਮਣਾ ਇਸ ਪਿੰਡ ਨੂੰ ਆ ਜਿਹੜਾ ਕਰਨਾ ਪੈਂਦਾ। ਇਸੇ ਨਾਲ ਹੀ ਆਪਾਂ ਕਿਸੇ ਅਗਲੇ ਪਿੰਡ ਕਿਸੇ ਅਗਲੀ ਅਪਡੇਟ ਦੇ ਨਾਲ ਮਿਲਦੇ ਹਾਂ। ਕੈਮਰਾਮੈਨ ਰਮਨ ਦੇ ਨਾਲ ਗੁਰਜੀਤ ਸਿੰਘ ਸੰਧੂ ਦੀ ਖਾਸ ਰਿਪੋਰਟ।